ਸਤਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਰਮਤ ਦੇ ਸਦਕਾ ਪਸੰਗਤ ਹਾਜ਼ਰੀ ਲਵਾ ਕੇ ਅਪੜੇ ਜੀਵਨ ਦੇ ਮੌਲਕ ਪਲ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਫਲ ਕਰ ਰਹੇ ਹੋ ਸਤਗੁਰੂ ਜੀ ਨੇ ਤਰਸ ਕੀਤਾ ਕਿ ਵਾਰ 7 ਗੁਰੂ ਮਾਲਕ ਜੀ ਦੀ ਕਿਰਪਾ ਦੇ ਸਦਕਾ ਆਪਾਂ ਅਰੰਭ ਕੀਤੀ ਹੋਈ ਹੈ ਅੱਜ ਸ਼ਨੀਵਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਿਕ ਮਨੁੱਖ ਨੇ ਆਪਾਂ ਦਾ ਸ਼ਨੀਵਾਰ ਕਿਸ ਤਰ੍ਹਾਂ ਬਤੀਤ ਕਰਨਾ ਹੈ ਉਹਦੀ ਆਪਾਂ ਨੇ ਗੱਲ ਕਰਨੀ ਹੈ ਸਤਿਗੁਰ ਦਾਤਾ ਜੀ ਕਿਰਪਾ ਕਰਨ ਮਾਲਕ ਜੀ ਮਹਿਰਮਤ ਕਰਨ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਸਤਿਗੁਰਜੀ ਦੇ ਚਰਨਾਂ 'ਚ ਲਵਾਈ ਗਈ ਹਾਜ਼ਰੀ ਦੋਵੇਂ ਹੱਥ ਜੋੜ ਬਲਾਉ ਫਤਿਆ ਖੋਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਰ੍ਹਾਂ ਦੀਆਂ ਗੁਲਾਮੀਆਂ ਹੁੰਦੀਆਂ ਜੀ ਇੱਕ ਗੁਲਾਮੀ ਹੁੰਦੀਆਂ ਸ਼ਰੀਰ ਦੀ ਤੇ ਇੱਕ ਗੁਲਾਮੀ ਹੁੰਦੀਆਂ ਸਾਡੇ ਮਾਨਸਿਕ ਪੱਧਰ ਦੀ ਬੰਦਾ ਸਰੀਰਿਕ ਗੁਲਾਮੀ ਤੋਂ ਤਾਂ ਆਜ਼ਾਦ ਹੋ ਜਾਂਦਾ ਹੈ ਜੀ ਪਰ ਮਾਨਸਿਕ ਪੱਦਰ ਦੀ ਗੁਲਾਮੀ ਤੋਂ ਇੱਕ ਕਦੇ ਆਜ਼ਾਦ ਨਹੀਂ ਹੁੰਦਾ ਮਾਨਸਿਕ ਪੱਦਰ ਦੀ ਗੁਲਾਮੀ ਇੰਨੀ ਖਤਰਨਾਕ ਹੈ ਕਿ ਤਾਕਤਵਰ ਬੰਦੇ ਨੂੰ ਵੀ ਇਹ ਕਮਜ਼ੋਰ ਬਣਾ ਦਿੰਦੀ ਹੈ ਗੁਰਬਾਣੀ ਨੇ ਕਮਾਲ ਕੀਤੀ ਗੁਰਬਾਣੀ ਨੇ ਜਿੱਥੇ ਸਾਡਾ ਸਰੀਰਿਕ ਦੇ ਗੁਲਾਮੀ ਨੂੰ ਕਟਿਆ ਜੀ ਉਥੇ ਗੁਰਬਾਣੀ ਨੇ ਸਾਡੇ ਮਾਨਸ ਸਿੰਘ ਗੁਲਾਮੀ ਦੀਆਂ ਰस्सੀਆਂ ਨੂੰ ਵੀ ਕੱਟ ਕੇ ਰੱਖਤਾ। ਬਾਬੇ ਨਾਨਕ ਨੇ ਦੁਨੀਆ ਦੀ ਹਰ ਉਹ ਇੱਕ ਰੀਤ ਨੂੰ ਕਟਿਆ ਜਿਹੜੀ ਰੀਤ ਇੱਥੇ ਬਾਹਮਣਵਾਦ ਨੇ ਪਾਈ ਹੋਈ ਸੀ ਤੇ ਬਾਬੇ ਨਾਨਕ ਨੇ ਉਸ ਰੀਤ ਨੂੰ ਕੱਟ ਕੇ ਰੱਖ ਦਿੱਤਾ ਕਿ ਇਹ ਤੁਸੀਂ ਧਰਮ ਦੇ ਨਾਮ ਤੇ ਪਖੰਡ ਕਰ ਰਹੇ ਹੋ। ਬਾਬੇ ਨਾਨਕ ਨੇ ਹਰ ਉਸ ਇੱਕ ਰਸਮ ਨੂੰ ਹਰ ਇੱਕ ਰੀਤ ਨੂੰ ਬਣੀ ਹੋਈ ਬਾਬੇ ਨਾਨਕ ਨੇ ਖੰਡਨ ਕਰਕੇ ਰੱਖ ਦਿੱਤਾ ਕਿ ਤੁਸੀਂ ਭਾਈ ਇਸ ਸਰੀਰ ਤੇ ਨਾਲ ਦੁਨੀਆਂ ਨੂੰ ਭਲੇਖੇ ਚ ਪਾ ਰਹੇ ਹੋ ਜਿਵੇਂ ਛੋਟੀ ਜੀ ਗੱਲ ਮੈਂ ਆਰੰਭਤਾ ਚ ਕਰਦੇ ਆਂ ਉਹ ਕਿ ਅੱਜ ਸ਼ਨੀਵਾਰ ਦੀ ਗੱਲ ਹੈ ਤੇ ਸ਼ਨੀਵਾਰ ਵਾਲੇ ਦਿਨ ਸ਼ਨੀ ਦੇਵਤੇ ਦੀ ਪੂਜਾ ਜਿਹੜੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਜਦੋਂ ਲੰਬੀ ਗੱਲ ਨਹੀਂ ਕਰਾਂਗਾ ਸੂਰਜ ਰਾਜੇ ਦੇ ਅੱਠ ਪੁੱਤਰ ਸੀਗੇ ਜੀ 8ਵੇਂ ਨੰਬਰ ਤੇ ਸ਼ਨੀ ਆਉਂਦਾ ਆ ਸੱਤ ਪੁੱਤਰਾ ਦੇ ਵਿਆਹ ਹੋ ਜਾਂਦੇ ਆ ਤੇ ਸ਼ਨੀ ਦਾ ਵਿਆਹ ਨਹੀਂ ਹੁੰਦਾ ਕਾਰਨ ਸ਼ਨੀ ਦੀ ਜਿਹੜੀ ਸੂਰਤ ਹੈ ਉਹ ਕਿ ਬਹੁਤੀ ਵਧੀਆਂ ਨਹੀਂ ਹੈ ਰੰਗ ਰੂਪ ਸੋਹਣਾ ਨਹੀਂ ਹੈ ਹੁਣ ਜਦੋਂ ਸੱਤਾ ਦਾ ਵਿਆਹ ਹੋ ਗਿਆ ਤੇ ਇਹਦੀਆਂ ਭਾਬੀਆਂ ਨੇ ਕੀ ਕਰਨਾ ਕਿ ਜੋ ਘਰ ਦੀ ਝੂਠ ਪਟਣੀ ਉਹ ਸ਼ਨੀ ਨੂੰ ਖਾਣ ਵਾਸਤੇ ਦੇ ਦੇਣੀ ਹੈ ਸ਼ਨੀ ਦੇ ਇਹਨੇ ਮੱਥੇ ਦੇ ਉੱਤੇ ਕਦੇ ਭਾਬੀਆਂ ਨੇ ਇਹਦੇ ਨਾਲ ਮਜ਼ਾਕ ਕਰਦੇ ਹੋਏ ਇਹਦੇ ਮੱਥੇ ਤੇ ਸੰਧੂਰ ਮਲ ਦੇਣਾ ਇੱਕ ਰੰਗ ਕਾਲਾ ਤੇ ਉੱਪਰ ਉਹ ਸੰਧੂਰ ਲਾ ਦੇਣਾ ਖਾਣ ਨੂੰ ਇਹਨੂੰ ਜੂਠਾ ਬਚਿਆ ਹੋਇਆ ਪਦਾਰਥ ਦੇਣਾ ਬਾਕੀ ਰਾਜੇ ਦੇ ਪੁੱਤਰ ਸੀਗੇ ਉਹਨਾਂ ਨੇ ਆਪਣੇ ਪਿੰਡੇ ਤੇ ਜਿਹੜਾ ਸ਼ਿੰਗਾਰ ਕਰਨਾ ਉਹ ਸੋਨੇ ਚਾਂਦੀ ਦਾ ਕਰਨਾ ਪਰ ਜਦੋਂ ਸ਼ਨੀ ਦੀ ਗੱਲ ਆਉਣੀ ਤੇ ਇਹਨੂੰ ਲੋਹੇ ਦੇ ਬਣਾਏ ਹੋਏ ਗਹਿਣੇ ਦੇਣੇ ਕਿ ਤੂੰ ਲੋਹੇ ਦੇ ਗਹਿਣੇ ਪਾਲਾ ਕੰਮ ਕਰਨ ਦੇ ਵਿੱਚ ਇਹ ਇੱਕ ਨੰਬਰ ਤੋਂ ਪਿੱਛੇ ਆ ਜੀ ਕੰਮ ਨਹੀਂ ਕਰਦਾ ਕੋਈ ਸੁਸਤੀ ਪਾ ਕੇ ਰੱਖਦਾ ਆਪਣੇ ਜੀਵਨ ਦੇ ਵਿੱਚ ਤੇ ਤਾਂ ਹੀ ਲੋਕ ਜਦੋਂ ਬਾਂਮਣਵਾਦ ਚ ਪੈਂਦੇ ਆ ਤੇ ਬਾਂਮਣੇ ਕੋਈ ਗੱਲ ਕਹਿੰਦੇ ਨੇ ਪੰਡਤ ਜੀ ਕਿ ਤੁਹਾਡੇ ਭਾਈ ਜੀਵਨ ਦੇ ਵਿੱਚ ਹੁਣ ਸ਼ਨੀ ਬੈ ਗਿਆ ਆ ਸ਼ਨੀ ਬੈਣ ਦਾ ਅਰਥ ਇਹ ਆ ਕਿ ਤੁਹਾਡਾ ਕੰਮ ਡਾਊਨ ਹੋ ਗਿਆ ਆ ਉਹ ਕਿ ਸ਼ਨੀ ਆਪ ਨਲਾਇਕ ਆ ਕੰਮ ਨਹੀਂ ਕਰਦਾ ਕੋਈ ਤੇ ਜਦੋਂ ਕਿਸੇ ਨੇ ਘਰ ਦਾ ਕਿ ਵੇਚ ਦੇਗਾ ਤੇ ਉਹਨੂੰ ਵੀ ਕੰਮ ਨਹੀਂ ਕਰਨ ਦੇਗਾ ਆਪ ਇਹ ਨਖਿਤਿਆ ਜਦੋਂ ਕਿਸੇ ਦੇ ਘਰ ਚ ਕਿਸੇ ਦੀ ਕੁੰਡਲੀ ਚ ਬਹਿ ਜਾਵੇਗਾ ਉਹਨੂੰ ਵੀ ਨਖਿਤ ਕਰ ਦੇਗਾ ਐਸੀਆਂ ਗੱਲਾਂ ਕਰਕੇ ਸ਼ਨੀ ਨੂੰ ਖੁਸ਼ ਕਰਨ ਵਾਸਤੇ ਫਿਰ ਸ਼ਨੀਵਾਰ ਨੂੰ ਬਾਕੀ ਦਾ ਜਿਹੜੇ ਭਰਾ ਸੀ ਕੋਈ ਦੇਸੀ ਘੋਖ ਖਾਂਦੇ ਸੀਗੇ ਇਹਨੂੰ ਖਾਣ ਵਾਸਤੇ ਸਰੋਂ ਦਾ ਤੇਲ ਦੇਣਾ ਤੇ ਪਾਉਣ ਵਾਸਤੇ ਲੋਹੇ ਦੇ ਜਿਹੜੇ ਸੀਗੇ ਉਹ ਇਹਨੂੰ ਭਾਈ ਗਹਿਣੇ ਘੱਟੇ ਦੇਣੇ ਹੁਣ ਜਦੋਂ ਇਹਨੇ ਸ਼ਰੀਰ ਦੇ ਉੱਤੇ ਲੋਹੇ ਦੇ ਗਹਿਣੇ ਪਾਉਣੇ ਜੀ ਤੇ ਤੇਲ ਇਨੇ ਖਾਣਾ ਆਪਣੇ ਮੱਥੇ ਤੇ ਇਨੇ ਸੰਧੂਰ ਮਾਲ ਲੈਣਾ ਇਹਨੇ ਹੋਰ بڑا ਪੱਦਾ ਲੱਗਣਾ ਤੇ ਦੁਨੀਆ ਡਰਦੀ ਸੀ ਕਿ ਐਸਾ ਭੈੜਾ ਮਨੁੱਖ ਸਾਡੇ ਕੋਲ ਨਾ ਕਿਤੇ ਆ ਜਾਵੇ। ਉਹੀ ਗੱਲ ਬ੍ਰਾਹਮਣਵਾਦ ਨੇ ਇੱਕ ਪਾਤਰ ਬਣਾ ਲਿਆ ਸ਼ਨੀ ਨੂੰ ਕਿਸੇ ਦਾ ਕੰਮ ਡਾਊਨ ਆ ਉਹ ਕਹਿੰਦਾ ਤੁਹਾਡੇ ਚ ਸ਼ਨੀ ਭਾਰੂ ਹੋ ਗਿਆ ਜੀ ਤੁਹਾਡੇ ਗ੍ਰਹਿ ਚ ਸ਼ਨੀ ਬੈ ਗਿਆ ਆ ਜਿੱਤੇ ਕਰਕੇ ਤੁਹਾਡਾ ਕੰਮ ਬੜਾ ਖਰਾਬ ਹੋ ਗਿਆ ਜੇ ਤੁਸੀਂ ਸ਼ਨੀ ਤੋਂ ਛੁਟਕਾਰਾ ਚਾਹੁੰਦੇ ਹੋ ਇਹ ਤੁਹਾਨੂੰ ਬੋਤਾ ਲੋਹਾ ਤੇ ਬੋਤਾ ਤੁਹਾਨੂੰ ਭਾਈ ਤੇਲਦਾਨ ਕਰਨਾ ਪੈਣਾ ਆ ਸ਼ਨੀਵਾਰ ਵਾਲੇ ਦਿਨ ਸ਼ਨੀ ਦੇਵਤੇ ਨੂੰ ਖੁਸ਼ ਕਰਨ ਵਾਸਤੇ ਲੋਕ ਲੋਹਾ ਦਾਨ ਕਰਦੇ ਆ ਤੇ ਲੋਕ ਆ ਕਈ ਥਾਵਾਂ ਤੇ ਜਾ ਕੇ ਸਰੋ ਦਾ ਤੇਲ ਵੀ ਚੜਾਉਂਦੇ ਆ ਇਹ ਉਹਨਾਂ ਦੀ ਮਨਾਉਤ ਆ ਉਹਨਾਂ ਦੀ ਖੇਡ ਆ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਹੈ ਧੰਗ ਗੁਰੂ ਕਲੰਗੀਧਰ ਪਾਸਾ ਨੇ ਇੱਕ ਵਾਰੀ ਕੀ ਕੀਤਾ ਜੀ ਹੁਣ ਮਾਲਕ ਨੇ ਦੇਖਣਾ ਹੈ ਨਾ ਇਹ ਰੋਜ਼ ਬਾਣੀ ਪੜੀ ਜਾਂਦੀ ਹੈ ਰੋਜ਼ ਬਾਣੀ ਸੁਣਾਈ ਜਾਂਦੀ ਹੈ ਕਿਤੇ ਮੇਰੇ ਸਿੱਖ ਦੇ ਉੱਤੇ ਬਾਣੀ ਦਾ ਅਸਰ ਹੁੰਦਾ ਕਿ ਨਹੀਂ ਹੁੰਦਾ ਇਹ ਅਸੀਂ ਵੀ ਦੇਖਣਾ ਪੜੇ ਜੀਵਨ ਚ ਕਿ ਰੋਜ਼ ਅਸੀਂ ਬਾਣੀ ਇੱਥੋਂ ਪੜਦੇ ਆ ਬਾਣੀ ਅਸੀਂ ਸੁਣਦੇ ਆ ਕੀਰਤਨ ਸੁਣ ਲਿਆ ਕਥਾ ਸੁਣ ਲਈ ਕਿ ਸਾਡੇ ਉੱਤੇ ਗੁਰਬਾਣੀ ਦਾ ਕੋਈ ਅਸਰ ਹੋਇਆ ਕਿਤੇ ਅਸੀਂ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕੀ ਜਾਈਗੇ ਤੇ ਮੰਨੀ ਅਸੀਂ ਬਾਂਮਣ ਦੀ ਜਾਈਗੇ ਮੱਥਾ ਸੇ ਗੁਰੂ ਗ੍ਰੰਥ ਸਾਹਿਬ ਨੂੰ ਟੇਕੀ ਜਾਈਏ ਤੇ ਸ਼ਨੀ ਨੂੰ ਖੁਸ਼ ਕਰਨ ਵਾਸਤੇ ਲੋਹਾ ਤੇ ਤੇਲ ਅਸੀਂ ਦਾਨ ਕਰੇ ਜਾਈਏਗੇ ਮੰਨिए ਸੀ ਗੁਰੂ ਗ੍ਰੰਥ ਸਾਹਿਬ ਮਾਲਕ ਨੂੰ ਮੱਥਾ ਟੇਕੀਏ ਪਰ ਮੰਨिए ਸੀ ਕਿਸੇ ਬਹਾਮਣ ਦੀ ਇਹ ਅਸੀਂ ਵੀ ਦੇਖਣਾ ਹੈ ਮਾਲਕ ਨੇ ਕੀ ਕੀਤਾ ਜੀ ਆਪਣੇ ਸਿੱਖਾਂ ਨੂੰ ਚੈੱਕ ਕਰਨ ਵਾਸਤੇ ਕਿ ਰੋਜ਼ ਪਾਣੀ ਸੁਣਦੇ ਆ ਪਾਣੀ ਪੜਦੇ ਆ ਕਿ ਇਹਨਾਂ ਦੇ ਜੀਵਨ ਦੇ ਉੱਤੇ ਬਾਣੀ ਦਾ ਕੋਈ ਅਸਰ ਹੋਇਆ ਸਤਗੁਰ ਇਹ ਦੇਖਣ ਵਾਸਤੇ ਮਾਲਕ ਨੇ ਇੱਕ ਕੌਤਕ ਵਰਤਿਆ ਜੀ ਆਪਣੇ ਜੀਵਨ ਚ ਸਤਪੁਰ ਦੀ ਦੀਵਾਨ ਸਜਾਈ ਬੈਠੇ ਆ ਤੇ ਮਾਲਕ ਜੀ ਅੱਜ ਦੀਵਾਨ ਦੇ ਵਿੱਚ ਮੇ ਕਥਾ ਕਰ ਰਹੇ ਆ ਤੇ ਸਤਗੁਰ ਬਾਹਰ-ਬਾਰ ਦਰਵਾਜ਼ੇ ਵੱਲ ਵੀ ਦੇਖੀ ਜਾਂਦੇ ਆ ਸਤਗੁਰ ਲੰਮਾ ਸਮਾਂ ਦਰਵਾਜ਼ੇ ਵੱਲ ਦੇਖੀ ਜਾਂਣ ਥੋੜੇ ਕੁ ਸਮੇਂ ਬਾਅਦ ਚੱਲਦੇ ਦੀਵਾਨ ਦੇ ਵਿੱਚ ਇੱਕ ਪੰਡਤ ਜੀ ਤਨ ਗੁਰੂ ਕਲੰਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਆ ਗਏ ਉਸ ਦਰਵਾਜ਼ੇ ਦੇ ਰਾਹੇ ਸਤਗੁਰ ਨੇ ਭਰੀ ਸੰਗਤ ਵਿੱਚ ਇਹ ਗੱਲ ਆਖੀ ਆਓ ਪੰਡਤ ਜੀ ਮੈਂ ਤੁਹਾਨੂੰ ਕੱਦਾਂ ਦੇਖਦਾ ਸੀ ਆਓ ਮੇਰੇ ਕੋਲ ਆਵੋ ਤਰ ਗੁਰੂ ਕਲਨਗੀਧਰ ਪਾਸ਼ਾ ਦੇ ਕੋਲ ਆਇਆ ਜੀ ਪੰਡਤ مالک ਜੀ ਨੇ ਕਿਹਾ ਪੰਡਤ ਜੀ ਮੇਰਾ ਹੱਥ ਦੇਖੋ ਮੇਰੇ ਉੱਤੇ ਬੜੀਆਂ ਬਿਪਤਾ ਪਈਆਂ ਹੋਈਆਂ ਬੜੀਆਂ ਮੁਸ਼ਕਲ ਸਮਾਂ ਚੱਲਦਾ ਆਲੇ-ਦੁਆਲੇ ਜੁੱਧ ਕੀ ਜੁੱਧ ਹੋ ਰਹੀ ਹੈ ਕਦੇ ਮੁਗਲ ਮੇਰੇ ਦੁਸ਼ਮਣ ਬਣ ਗਏ ਕਦੇ ਪਹਾੜੀ ਰਾਜੇ ਮੇਰੇ ਦੁਸ਼ਮਣ ਬਣ ਗਏ ਮੈਨੂੰ ਸਮਝ ਨਹੀਂ ਪੈਂਦੀ ਕਿ ਮੇਰੇ ਉੱਤੇ ਇਹ ਸਮਾਂ ਕਿਉਂ ਆ ਰਿਹਾ ਹੈ ਏ ਗੁਰੂ ਗੋਬਿੰਦ ਸਿੰਘ ਮਾਲਕ ਜੀ ਕੌਤਾ ਖੇਡ ਰਿਆ ਸੰਗਤ ਦੀ ਯਾਦ ਰੱਖਿਓ ਤਨ ਗੁਰੂ ਕਲਗੀ ਤਰ ਪਾਸਾ ਕਿਸੇ ਨੂੰ ਹੱਥ ਨਹੀਂ ਦਿਖਾਰੇ ਤਨ ਗੁਰੂ ਕਲਗੀ ਤਰ ਪਾਸਾ ਤੇ ਕੋਈ ਔਖਾ ਸਮਾਂ ਨਹੀਂ ਆਇਆ ਕੋਈ ਵਿਪਤਾ ਦਾ ਸਮਾਂ ਨਹੀਂ ਸਿਰਫ ਆਪਣੇ ਸਿੱਖਾਂ ਨੂੰ ਚੈੱਕ ਕਰਨ ਵਾਸਤੇ ਕਿ ਜਿਹੜੇ ਰੋਜ਼ ਬਾਣੀ ਪੜ੍ਹਦੇ ਆ ਬਾਣੀ ਦੀ ਗੱਲ ਕਰਦੇ ਆ ਇਹਨਾਂ ਦੇ ਉੱਤੇ ਬਾਣੀ ਦਾ ਅਸਰ ਕਿੰਨਾ ਕੋਇਆ ਮਾਲਕ ਨੇ ਕਿਹਾ ਪੰਡਤ ਜੀ ਹੱਥ ਦੇਖੋ ਹੁਣ ਪੰਡਤ ਜੀ ਨੇ ਹੱਥ ਦੇਖਿਆ ਉਹੀ 2-4 ਗੱਲਾਂ ਜਿਹੜੀਆਂ ਪੰਡਤ ਜੀ ਨੇ ਰਟੀਆਂ ਹੁੰਦੀਆਂ ਉਹੀ ਸੁਣਾਈਆਂ ਜੀ ਕਿ ਤੁਹਾਡੇ ਉੱਤੇ ਸ਼ਨੀ ਬੜਾ ਭਾਰੂ ਹੈ। ਸ਼ਨੀ ਭਾਰੂ ਹੈ ਤੇ ਇਸ ਕਰਕੇ ਤੁਹਾਡੇ ਜੀਵਨ ਦੇ ਵਿੱਚ ਇਹ ਪ੍ਰੋਬਲਮ ਚੱਲ ਰਹੀਆਂ ਲੜਾਈਆਂ ਹੋ ਰਹੀਆਂ ਯੁੱਧ ਹੋ ਰਹੇ ਆ ਤੁਹਾਡੇ ਆਪਣੇ ਦੁਸ਼ਮਣ ਵੱੜ ਰਹੇ ਆ ਤੁਹਾਡਾ ਕਾਰੋਬਾਰ ਖਤਮ ਹੋ ਰਿਹਾ ਇਹ ਗੱਲਾਂ ਜਿਹੜੀ ਪੰਡਤ ਜੀ ਆਮ ਕਹਿੰਦੇ ਆ ਉਹ ਗੱਲਾਂ ਗੁਰੂ ਗੋਬਿੰਦ ਸਿੰਘ ਮਾਲਕ ਨੂੰ ਕਹਤੀਆਂ ਹੁਣ ਤਾਂ ਗੁਰੂ ਕਲੰਗੀਧਰ ਪਾਤਸ਼ਾਹ ਜੀ ਕਹਿੰਨੇ ਪੰਡਤ ਜੀ ਉਪਾਅ ਦੱਸੋ ਕਿ ਇਹਦਾ ਉਪਾਅ ਕੀ ਹੈ ਮਾਲਕ ਜੀ ਨੇ ਜਦੋਂ ਪੁੱਛਿਆ ਉਪਾਅ ਕੀ ਹੈ ਤੇ ਪੰਡਤ ਨੇ ਉਪਾਅ ਦੱਸਿਆ ਜੀ ਕਹਿੰਨੇ ਤੁਹਾਨੂੰ ਮਾਸ਼ੋਲਿਆ ਦੀ ਦਾਲ ਜਿਹੜੀ ਹੈ ਜੀ ਉਹ ਦੇਣੀ ਪੈਣੀ ਹੈ ਲੋਹਾਦਾਨ ਕਰਨਾ ਪੈਣਾ ਹੈ ਤੇ ਤੁਹਾਨੂੰ ਭਾਈ ਦਾਨ ਕਰਨਾ ਪੈਣਾ ਹੈ ਸਰੋ ਦਾ ਤੇਲ ਕਿਉਂਕਿ ਇਹ ਸ਼ਨੀ ਨੂੰ ਪਸੰਦ ਆ ਚੀਜ਼ਾਂ ਸ਼ਨੀ ਨੂੰ ਜਦੋਂ ਆਪਾਂ ਇਹ ਦਾਨ ਕਰਾਂਗੇ ਸ਼ਨੀ ਦੇ ਨਾਮ ਤੇ ਦਾਨ ਕਰਾਂਗੇ ਤੁਹਾਡੇ ਉੱਤੇ ਜਿਹੜਾ ਸ਼ਨੀ ਭਾਰੂ ਹੋਇਆ ਆ ਉਹ ਸ਼ਾਨੀ ਜਿਹੜਾ ਆ ਉੱਤਰ ਜਾਏਗਾ ਉਹ ਹਲਕਾ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਮਾਲਕ ਜੀ ਨੇ ਕਿਹਾ ਮੇਰਾ ਹੱਥ ਤੁਸੀਂ ਦੇਖੋ ਜੀ ਮੈਂ ਸਾਰਾ ਕੁਝ ਤੁਹਾਨੂੰ ਦਿੰਦਾ ਪੰਡਤ ਨੇ ਹੱਥ ਦੇਖਿਆ ਸਤਗੁਰ ਨੇ ਆਪਣੇ ਸਿੱਖ ਨੂੰ ਆਵਾਜ਼ ਮਾਰੀ ਕਿ ਆਪਣੇ ਖਜ਼ਾਨੇ ਦੇ ਵਿੱਚੋਂ ਪੰਡਤ ਜੀ ਨੂੰ ਜੋ ਪੰਡਤ ਜੀ ਮੰਗ ਰਿਹਾ ਪੰਡਤ ਜੀ ਚੋਲੀ ਛੁਪਾ ਦਿਓ ਪੰਡਤ ਜੀ ਉਹ ਘਰ ਤੋਂ ਤੁਰੇ ਸੀ ਨਾ ਜੀ ਉਹ ਇਹ ਸੋਚ ਕੇ ਤੁਰੇ ਸੀ ਕਿ ਅੱਜ ਗੁਰੂ ਦੇ ਦਰਬਾਰ ਤੇ ਜਾਣਾ ਤੇ ਗੁਰੂ ਨੇ ਤਾਂ ਬਹੁਤ ਕਰਨਾ ਮੈਂ ਗੱਡਾ ਭਰ ਕੇ ਲੈ ਕੇ ਆਵਾਂਗਾ ਜੀ ਇਹਨੇ ਬਾਹਰ ਕੱਡਾ ਖੜਾ ਕੀਤਾ ਹੈ ਜੀ ਗੁਰੂ ਕੇ ਸਿੱਖ ਨੇ ਗੁਰੂ ਦੇ ਹੁਕਮ ਨੂੰ ਮੰਨਦੇ ਹੋਏ ਇਹਨੂੰ ਦਾਲ ਦੀ ਇੱਕ ਬੋਰੀ ਚ ਕਾਤੇ ਜੀ ਤੇਲ ਦੇ ਪੀਪੇ ਚ ਕਾਤੇ ਜੀ ਕਿੰਨਾ ਇਹਨੂੰ ਕੁਆਂਟਲ ਲੋਹਾ ਚ ਕਾਤਤਾ ਕਿ ਜਾ ਭਾਈ ਤੂੰ ਗੁਰੂ ਦਾ ਸ਼ਨੀ ਹਲਕਾ ਕਰਨਾ ਹੈ ਗੁਰੂ ਨੇ ਹੁਕਮ ਕੀਤਾ ਅਨੰਦਪੁਰ ਸਾਹਿਬ ਤੋਂ ਬੜੀ ਖੁਸ਼ੀ ਦੇ ਨਾਲ ਪੰਡਤ ਜੀ ਸਾਰਾ ਸਮਾਨ ਲੈ ਕੇ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲੇ ਨਾ ਜੀ ਫਿਰ ਸਿੱਖਾਂ ਨੇ ਆ ਕੇ ਘੇਰ ਲਿਆ ਤੇ ਪੰਡਤ ਜੀ ਨੂੰ ਪੁੱਛਿਆ ਪੰਡਤ ਜੀ ਕਿੱਧਰ ਕਹਿੰਦੇ ਗੁਰੂ ਨੇ ਦਾਨ ਦਿੱਤਾ ਜੀ ਗੁਰੂ ਦੇ ਘਰ ਤੋਂ ਦਾਨ ਲੈ ਕੇ ਚੱਲਿਆ ਤਾਂ ਸਿੱਖ ਜਿਹੜੇ ਸਿੱਖ ਉਹ ਕਹਿੰਨੇ ਜੀ ਪੰਡਤ ਜੀ ਇਦਾਂ ਨਹੀਂ ਲਿਜਾ ਸਕਦੇ ਇਹ ਨਹੀਂ ਤੁਸੀਂ ਦਾਨ ਗੁਰੂ ਵਾਲਾ ਦਿੱਤਾ ਤੁਹਾਨੂੰ ਅਸੀਂ ਲਿਜਾਂ ਨਹੀਂ ਦੇਣਾ ਇਹ ਗੁਰੂ ਮਾਲਕ ਨੇ ਦਿੱਤਾ ਜੀ ਮੈਂ ਗੁਰੂ ਦੇ ਤੇ ਆਇਆ ਹੋਇਆ ਸ਼ਨੀ ਹਲਕਾ ਕੀਤਾ ਆ ਤੇ ਸਿੱਖ ਕਹਿੰਨੇ ਤੁਸੀਂ ਸ਼ਨੀ ਹਲਕਾ ਕੀਤਾ ਜੀ ਅਸੀਂ ਤੁਹਾਨੂੰ ਹਲਕਾ ਕਰਨ ਆਇਆ ਇਹ ਮਾਲ ਨਹੀਂ ਤੁਹਾਡਾ ਜਾਣ ਦੇਣਾ ਜੀ ਅਸੀਂ ਤੇ ਜਦੋਂ ਇਹ ਗੱਲ ਹੋਈ ਸਿੱਖਾਂ ਨੇ ਉਹ ਸਾਰਾ ਉਹਦੇ ਕੋਲੋਂ ਮਾਲ ਵਾਪਸ ਖੋਲਿਆ ਜੀ ਦਸੇਖ ਜਿਹੜੇ ਵਾਪਸ ਲੈ ਕੇ ਆਏ ਤੇ ਪੰਡਤ ਵੀ ਰੋਂਦਾ ਗੁਰੂ ਕੋਲ ਪਹੁੰਚ ਗਿਆ ਕਿ ਤੁਸੀਂ ਦਾਨ ਦੇ ਰਹੇ ਹੋ ਦੁੱਧੇ ਪਾਸ ਸਿੱਖਾਂ ਤੋਂ ਲੁਟਾ ਰਹੇ ਹੋ ਹੁਣ ਮੈਂ ਕੀ ਕਰਾਂ ਸਿੱਖਾਂ ਨੇ ਉਸ ਦਾਲ ਨੂੰ ਤਲ ਕੇ ਉਹਦੇ ਬੜੇ ਬਣਾਏ ਜੀ ਤੇ ਤੇਲ ਦੇ ਵਿੱਚ ਤੇ ਜਿਹੜਾ ਲੋਹਾ ਸੀਗਾ ਉਹਨੂੰ ਇਕੱਠਾ ਕਰਕੇ ਲੋਹ ਘੜ ਦੇ ਕਿਲੇ ਦੇ ਵਿੱਚੋਂ ਜਿੱਥੇ ਫੈਕਟਰੀ ਲੱਗੀ ਹੋਈ ਸੀਗੀ ਉਹਦੇ ਭਾਈ ਘੜੇ ਬਣਾਲੇ ਉਹ ਜਿਹੜੇ ਬਡੇ ਸੀਗੇ ਜੀ ਉਹ ਸੰਗਤ ਦੇ ਵਿੱਚ ਆ ਕੇ ਬੰਡੇ ਤੇ ਸਿੱਖਾਂ ਨੇ ਵੱਡੇ ਵੱਡੇ ਕੜੇ ਪਾਏ ਹੋਏ ਹੁਣ ਜਦੋਂ ਸਿੱਖ ਗੁਰੂ ਕੋਲ ਪਹੁੰਚਣ ਲੱਗੇ ਉਦੋਂ ਪਹਿਲਾ ਪੰਡਤ ਜੀ ਖੜੇ ਕਿ ਮੇਰਾ ਤਾਂ ਸਾਰਾ ਸਮਾਨ ਇਹਨਾਂ ਨੇ ਖੋਲੇ ਆ ਜੀ ਮਾਲਕ ਜੀ ਦੇਖਦੇ ਕਿ ਸਿੱਖ ਵੱਡੇਵੇਂ ਵੰਡਦੇ ਫਿਰਦੇ ਆ ਜੀ ਬਡੇ ਵੰਡਦੇ ਫਿਰਦੇ ਆ ਤੇ ਹੱਥਾਂ ਵਿੱਚ ਵੱਡੇ ਵੱਡੇ ਕੜੇ ਪਾਏ ਹੋਏ ਆ ਸਤਿਗੁਰ ਕਹਿੰਦੇ ਪਹਿਲਾਂ ਵੀ ਤੁਸੀਂ ਕੜੇ ਪਾਉਂਦੇ ਹੋ ਤੇ ਅੱਜ ਜਿਹੜੇ ਕੜੇ ਤੁਸੀਂ ਪਾਏ ਹੋਏ ਆ ਨਾ ਇਹ ਕੜੇ ਵੱਖਰੀ ਕਿਸਮ ਦੇ ਆ ਤੇ ਇਹ ਕੜੇ ਕਿਉਂ ਪਾਇਆ ਕਿੱਥੋਂ ਆਏ ਆ ਤੇ ਸਿੱਖਾਂ ਨੇ ਜਵਾਬ ਦਿੱਤਾ ਕਹਿੰਦੇ ਸਤਿਗੁਰੂ ਜੀ ਅਸੀਂ ਸ਼ਨੀ ਹਲਕਾ ਕੀਤਾ ਜਿਹੜਾ ਤੁਹਾਡੇ ਤੇ ਭਾਰਾ ਹੋਇਆ ਹੋਇਆ ਸੀਗਾ ਉਹਨੂੰ ਹਲਕਾ ਕੀਤਾ ਜਿਹੜਾ ਸ਼ਨੀ ਭਾਈ ਇਹ ਦਾਲ ਖਾਂਦਾ ਸੀਗਾ ਤੇ ਉਹਨੂੰ ਅਸੀਂ ਤੇਲ 'ਚ ਪਾਈ ਤਲ ਕੇ ਅਸੀਂ ਉਹਦੇ ਬੜੇ ਬਣਾ ਲਏ ਤੇ ਜਿਹੜਾ ਸ਼ਨੀ ਨੂੰ ਲੋਹਾ ਪਸੰਦ ਸੀਗਾ ਉਹਨੂੰ ਅਸੀਂ ਬੰਗਲਾ ਕੇ ਅਸੀਂ ਕੜੇ ਬਣਾ ਲਏ ਸਤਿਗੁਰੂ ਜੀ ਨੂੰ ਆਖਿਆ ਸਿੱਖਾਂ ਨੇ ਕਿ ਸਤਿਗੁਰੂ ਜੀ ਸਨ ਨੂੰ ਨਹੀਂ ਪਤਾ ਸ਼ਨੀ ਹੁੰਦਾ ਹੈ ਕਿ ਨਹੀਂ ਹੁੰਦਾ ਪਰ ਸਨ ਨੂੰ ਤਾਂ ਇਨਾ ਪਤਾ ਕਿ ਜਿੱਥੇ ਗੁਰੂ ਦਾ ਸ਼ਬਦ ਹੋਵੇ ਜਿੱਥੇ ਗੁਰੂ ਕੀ ਬਾਣੀ ਹੋਵੇ ਉੱਥੇ ਸ਼ਨੀ ਵਰਗੇ ਕੋਈ ਆ ਕੇ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦੇ ਉੱਥੇ ਨਹੀਂ ਸ਼ਨੀ ਭਾਰੂ ਹੋ ਸਕਦਾ ਜਿੱਥੇ ਗੁਰੂ ਦਾ ਸ਼ਬਦ ਹੋਵੇ ਸਤਗੁਰ ਜੀ ਨੇ ਉੱਠ ਕੇ ਦੀਵਾਨ ਦੇ ਵਿੱਚੋਂ ਆਪਣੇ ਸਿੱਖਾਂ ਨੂੰ ਗੱਲ ਵਕੜੀ ਚ ਲੈਤਾ ਕਿ ਮੈਂ ਦੇਖਣਾ ਚਾਹੁੰਦਾ ਸੀਗਾ ਕਿ ਰੋਜ਼ ਮੈਂ ਬਾਣੀ ਪੜ੍ਹਦਾ ਰੋਜ਼ ਮੈਂ ਕਰਮਕਾਂਡਾਂ ਦੀ ਗੱਲ ਕਰਦਾ ਕਿ ਭਾਈ ਕੋਈ ਕਰਮਕਾਂਡ ਨਹੀਂ ਕਰਨਾ ਕੋਈ ਭਾਈ ਤੁਸੀਂ ਮਨਮਤ ਨਹੀਂ ਕਰਨੀ ਗੁਰਮਤ ਦੇ ਅਨੁਸਾਰ ਤੁਰਨਾ ਕੱਲਾ ਪੜੀ ਜਾਂਦੇ ਹੋ ਕੰਮਲ ਵੀ ਕਰਦੇ ਹੋ ਮੈਂ ਸਿਰਫ ਦੇਖਣਾ ਚਾਹੁੰਦਾ ਸੀ ਪਰ ਤੁਸੀਂ ਅੱਜ ਜਿਹੜੀ ਇਹ ਮੈਂ ਪ੍ਰੀਖਿਆ ਪਾਏ ਸੀ ਤੁਸੀਂ ਅੱਜ ਪ੍ਰੀਖਿਆ ਚੋਂ ਪਾਸ ਹੋ ਗਿਓ ਤੇ ਅੱਜ ਮੈਂ ਮਾਨ ਨਾਲ ਕਹਿਣਾ ਕਿ ਮੇਰਾ ਖਾਲਸਾ ਜਵਾਨ ਹੋ ਗਿਆ ਆ ਊਰੂ ਮਾਲਕ ਨੇ ਸਮਝਾਇਆ ਕਿ ਸੱਚ ਹੈ ਕਿ ਦੁਨੀਆ ਦੇ ਉੱਤੇ ਸ਼ਨੀ ਭਾਰੂ ਹੋ ਜਵੇ ਪਰ ਗੁਰੂ ਕੇ ਸਿੱਖ ਉਤੇ ਸ਼ਨੀ ਭਾਰੀ ਨਹੀਂ ਹੁੰਦਾ ਦੁਨੀਆ ਕਰਮ ਕਾਂਡ ਚ ਫਸੇ ਪਰ ਗੁਰੂ ਦਾ ਸਿੱਖ ਕਰਮ ਕਾਂਡ ਚ ਨਾ ਫਸੇ ਗੁਰੂ ਮਾਲਕ ਨੇ ਬੜਾ ਪਿਆਰ ਦਿੱਤਾ ਪਰ ਹੁਣ ਅਫਸੋਸ ਨਾਲ ਸੰਗਤ ਦੀ ਧਿਆਨ ਦਿਓ ਜਦੋਂ ਮਨੁੱਖ ਅਜ ਨਵਾਂ ਮਕਾਨ ਬਣਾਉਂਦਾ ਹੈ ਨਾ ਗੁਰੂ ਦਾ ਸਿੱਖ ਨਲੇ ਤਾਂ ਪਾਠ ਕਰਵਾ ਲਿਆ ਕੀਰਤਨ ਕਰਵਾ ਲਿਆ ਕੀਰਤਨ ਚੋ ਸ਼ਬਦ ਵੀ ਪੜਵਾ ਲੇ ਕਿ ਰਾਖਾ ਏਕ ਹਮਾਰਾ ਸਵਾਮੀ ਜਿਸਕੇ ਸਰੀਰ ਉੱਪਰ ਤੂ ਸੁਆਮੀ ਸੋਦ ਕੈਸਾ ਪਾਵੇ ਕੀਰਤਨ ਕਰਵਾ ਕੇ ਪਾਠ ਕਰਵਾ ਕੇ ਤੇ ਬਾਹਰ ਮਕਾਨ ਦੇ ਇੱਕ ਭੂਤਨਾ ਵੀ ਟੰਗ ਦਿੰਦਾ ਆ ਭੂਤਨਾ ਤਾਂ ਟੰਗਿਆ ਕਿ ਮੇਰੇ ਮਕਾਨ ਨੂੰ ਨજર ਨਾ ਲੱਗੇ ਹੁਣ ਸਮਝ ਨਹੀਂ ਪੈਂਦੀ ਕਿ ਗੁਰੂ ਕੇ ਸਿੱਖ ਦਾ ਭਰੋਸਾ ਗੁਰਬਾਣੀ ਤੇ ਪੱਕਾ ਹੋਣਾ ਚਾਹੀਦਾ ਸੀਗਾ ਕਿ ਮੇਰੇ ਘਰ ਵਿੱਚ ਹੁਣ ਬਾਣੀ ਪੜੀ ਗਈ ਹੈ ਹੁਣ ਕੋਈ ਬੁਰੀ ਨજર ਮੇਰੇ ਘਰ ਵੱਲ ਨਹੀਂ ਤੱਕੇਗੀ ਕੋਈ ਨੁਕਸਾਨ ਨਹੀਂ ਹੋਣਾ ਪਰ ਫਿਰ ਵੀ ਗੁਰੂ ਕੇ ਸਿੱਖ ਨੂੰ ਬਾਣੀ ਤੇ ਭਰੋਸਾ ਨਹੀਂ ਬਾਹਰ ਲੱਗੇ ਹੋਏ ਭੂਤਨੇ ਤੇ ਭਰੋਸਾ ਆ ਕਿ ਜਿਸ ਘਰ ਵਿੱਚ ਬਾਹਰ ਭੂਤਨਾ ਲੱਗੇਗਾ ਕਿ ਉੱਥੇ ਕੋਈ ਮਾੜਾ ਕੰਮ ਜਾਂ ਮਾੜੀ ਕੋਈ ਰੂਹ ਜਾਂ ਮਾੜੀ ਕੋਈ ਨજર ਨਹੀਂ ਆਏਗੀ ਉਹ ਸਮਝ ਨਹੀਂ ਪੈਨੇ ਗੁਰੂ ਕੇ ਸਿੱਖ ਬਾਣੀ ਦੇ ਸਿੱਖ ਹੈ ਕਿ ਭੂਤਨੇ ਦੇ ਸਿੱਖ ਹੈ ਗੁਰੂ ਮਲਕ ਜੀ ਕਹਿੰਦੇ ਕਿ ਭਾਈ ਜਿਨ੍ਹਾਂ ਨੇ ਆਪਣੇ ਹੱਥ ਦੇ ਵਿੱਚ ਕੜਾ ਪਾ ਲਿਆ ਉਹ ਫਿਰ ਦੁਨੀਆਂ ਦੇ ਕਿਸੇ ਕਰਮ ਕਾਂਡ ਤੋਂ ਡਰਦੇ ਨਹੀਂ ਹੈ ਜਿਨ੍ਹਾਂ ਦੇ ਹੱਥ ਵਿੱਚ ਕੜਾ ਆ ਗਿਆ ਉਹਨਾਂ ਦੇ ਉੱਤੇ ਕੋਈ ਮੰਤਰ ਕੋਈ ਜੰਤਰ ਕੋਈ ਟੂਣਾ ਕੋਈ ਬੁਰੀ ਨਜ਼ਰ ਕੋਈ ਅਸਰ ਨਹੀਂ ਕਰਦੇ ਜਿਨ੍ਹਾਂ ਦੇ ਹੱਥ ਵਿੱਚ ਗੁਰੂ ਦਾ ਕੜਾ ਹੋਏਗਾ ਤੇ ਜਿਨ੍ਹਾਂ ਦਾ ਗੁਰਬਾਣੀ ਤੇ ਭਰੋਸਾ ਹੋਏਗਾ ਦੁਨੀਆ ਦੀ ਕੋਈ ਵੀ ਸ਼ੈ ਉਸ ਮਨੁੱਖ ਦਾ ਕੁਝ ਵੀ ਨਹੀਂ ਵਿਗਾੜ ਸਕਦੀ ਸਤਗੁਰ ਨੇ ਅੱਜ ਸ਼ਨੀਵਾਰ ਦੀ ਇਹ ਉਦਾਹਰਣ ਦੇ ਕੇ ਸਾਨੂੰ ਸਮਝਾਇਆ ਉਹ ਕਿ ਸਚਾਈ ਸੰਗਤ ਦੀ ਇਹ ਹੈ ਸਾਡੇ ਚਲੋ ਪਿੰਡਾਂ ਵਿੱਚ ਹਲੇ ਵੀ ਇਹ ਚੱਲਦਾ ਕਿ ਸ਼ਨੀਵਾਰ ਨੂੰ ਸਿਰ ਨਹੀਂ ਧੋਣਾ ਸ਼ਨੀਵਾਰ ਕੱਪੜੇ ਨਹੀਂ ਧੋਣੇ ਸ਼ਨੀਵਾਰ ਆਉ ਨਹੀਂ ਕਰਨਾ ਸ਼ਨੀਵਾਰ ਵੋ ਨਹੀਂ ਕਰਨਾ ਹਲੇ ਵੀ ਕਰਮ ਕਾਂਡ ਸ਼ਨੀਵਾਰ ਦੇ ਨਾਮ ਤੇ ਸਾਡੇ ਪਿੰਡਾਂ 'ਚ ਬਹੁਤ ਚੱਲਦੇ ਆਣੇ ਬਾਣੀ ਵੀ ਪੜ ਲਈ ਤੇ ਨਾਲੇ ਕਿਤੇ ਨਾ ਕਿਤੇ ਜਾ ਕੇ ਭਾਈ ਇਹ ਗੱਲ ਦਾ ਸਾਡੇ ਤੇ ਅਸਰ ਵੀ ਹੈ ਕਿ ਸ਼ਨੀਵਾਰ ਨੂੰ ਜੇ ਕਿਤੇ ਸਿਰ ਨਾ ਲਿਆ ਪਤਾ ਨਹੀਂ ਕੀ ਹੋ ਜਾਣਾ ਸ਼ਨੀਵਾਰ ਨੂੰ ਕੱਪੜੇ ਧੋਲੇ ਪਤਾ ਨਹੀਂ ਕੀੜਾ ਨੁਕਸਾਨ ਹੋਣਾ ਮਾਫ ਕਰਿਓ ਜਦੋਂ ਮਨੁੱਖ ਗੁਰਬਾਣੀ ਨਾਲ ਜੁੜਿਆ ਹੋਇਆ ਆ ਉਦੋਂ ਦੁਨੀਆਂ ਦਾ ਕੋਈ ਵੀ ਸ਼ਨੀ ਫਿਰ ਗੁਰੂ ਕੇ ਸਿੱਖ ਤੇ ਭਾਰਾ ਨਹੀਂ ਹੋ ਸਕਦਾ ਉਹ ਸਤਗੁਰ ਨੇ ਅੱਜ ਕਿਰਪਾ ਕੀਤੀ ਮਾਲਕ ਦੀ ਆਖਦੇ ਕਹਿੰਦੇ ਥਾਵਰ ਥਿਰ ਕਰ ਰੱਖੈ ਸੋਏ ਜੋਤ ਕੀ ਬੱਤੀ ਘਟ ਮੈਂ ਜੋਏ ਕਹਿੰਦੇ ਸ਼ਨੀਵਾਰ ਨੂੰ ਕੰਮ ਕਰ ਕਿ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖ ਪਰਮਾਤਮਾ ਤੋਂ ਇਲਾਵਾ ਕਿਸੇ ਦੂਜੀ ਥਾਂ ਤੇ ਭਰੋਸਾ ਨਾ ਰੱਖੀ ਹੁਣ ਮਨੁੱਖ ਨੇ ਧਾਗਿਆਂ ਤੇ ਭਰੋਸਾ ਰੱਖਿਆ ਜੀ ਗਲ ਵਿੱਚ ਪਾਏ ਹੋਏ ਨਗ ਤੇ ਭਰੋਸਾ ਰੱਖ ਲਿਆ ਇਹਨੂੰ ਭਰੋਸਾ ਗੁਰਬਾਣੀ ਤੇ ਨਹੀਂ ਬਣਿਆ ਗੁਰਬਾਣੀ ਪੜ ਵੀ ਰਿਹਾ ਆ ਗੁਰਬਾਣੀ ਸੁਣ ਵੀ ਰਿਹਾ ਗੁਰਦੁਆਰੇ ਆ ਕੇ ਮੱਥਾ ਵੀ ਟੇਕ ਰਿਹਾ ਆ ਪਰ ਇਹਨੂੰ ਇਹ ਭਰੋਸਾ ਨਹੀਂ ਬਣਿਆ ਕਿ ਮੇਰਾ ਜੀਵਨ ਗੁਰਬਾਣੀ ਨੇ ਬਦਲਣਾ ਆ ਇਹਨੂੰ ਭਰੋਸਾ ਇਹ ਆ ਕਿ ਮੇਰਾ ਜੀਵਨ ਮੇਰੇ ਗਾਲ ਵਿੱਚ ਪਾਈ ਹੋਈ ਸ਼ੈਰ ਕੋਈ ਮਾਲਾ ਮੇਰੇ ਹੱਥ ਵਿੱਚ ਪਾਇਆ ਹੋਇਆ ਸ਼ੈਰ ਕੋਈ ਨਗ ਸ਼ਾਇਦ ਕਿਸੇ ਪੰਡਤ ਦਾ ਦਿੱਤਾ ਹੋਇਆ ਮੰਤਰ ਮੇਰਾ ਜੀਵਨ ਬਦਲੇਗਾ ਨਈ ਸੰਗਤ ਜੀ ਜੀਵਨ ਸਾਡਾ ਗੁਰਬਾਣੀ ਨੇ ਬਦਲਣਾ ਆ ਕਿਉਂਕਿ ਗੁਰਬਾਣੀ ਜੀਵਨ ਜਾਂਚ ਹੈ ਗੁਰਬਾਣੀ ਨੂੰ ਪੜ ਕੇ ਜਦੋਂ ਅਮਲ ਕਰੋਗੇ ਉਦੋਂ ਗੁਰਬਾਣੀ ਨੇ ਸਾਡਾ ਜੀਵਨ ਪਲਟ ਕੇ ਰੱਖ ਦੇਣਾ ਮਾਲਕ ਜੀ ਕਹਿੰਦੇ ਕਿ ਭਾਈ ਪ੍ਰਮਾਤਮਾ ਤੇ ਭਰੋਸਾ ਰੱਖ ਪਰਮਾਤਮਾ ਤੈਨੂੰ ਰੱਖਣ ਵਾਲਾ ਆ ਜੋਤ ਕੀ ਵੱਟੀ ਘਟ ਮੈਂ ਜੋਏ ਤੇ ਕਹਿੰਦੇ ਭਾਈ ਜਿਹੜੀ ਪਰਮਾਤਮਾ ਅਕਾਲ ਪੁਰਖ ਵਾਏ ਗੁਰੂ ਦੀ ਜੋਤ ਆ ਨਾ ਸੰਗਤ ਦੀ ਤੇ ਮੇਰੇ ਮਾਲਕ ਜੀ ਕਹਿੰਦੇ ਇਹ ਤੇਰੇ ਅੰਦਰ ਪ੍ਰਵੇਸ਼ ਕਰ ਜਾਣੀ ਇੱਕ ਛੋਟੀ ਜੀ ਉਦਾਹਰਣ ਦੇ ਦਿਆਂ ਸਮਾਂ ਨਹੀਂ ਹੈ ਅਸਲ ਵਿੱਚ ਜਿਹੜਾ ਟੂਣਾ ਹੁੰਦਾ ਸੀ ਨਾ ਜੀ ਗੁਣਾ ਸਮਝੋ ਨਾ ਪਿੰਡਾਂ ਵਿੱਚ بڑے ਟੂਣੇ ਮਾਣੇ ਜੇ ਕਰਦੇ ਸੀਗੇ ਲੋਕ ਦੀ ਉਹ ਚੁਰਾਹੇ ਦੇ ਵਿੱਚ ਕੀਤਾ ਹੁੰਦਾ ਸੀਗਾ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਅਸਲ 'ਚ ਇਹਨਾਂ ਦੇ ਮਕਸਦ ਕੁਝ ਹੋਰ ਸੀਗੇ ਪਰ ਅੱਜ ਮਕਸਦ ਕੁਝ ਹੋਰ ਰਹਿ ਗਏ ਪੁਰਾਣੇ ਸਮੇਂ ਵਿੱਚ ਕੀ ਸੀਗਾ ਜੀ ਲੋਕ ਜਿਹੜੇ ਸਨ ਉਹ ਜਾਤਾਂ ਦੇ ਆਧਾਰ ਤੇ ਰਹਿੰਦੇ ਸੀ ਕਿ ਜਿਵੇਂ ਮਾਫਕੋਰੇ ਲੋਹਾਰ ਲੋਕਾਂ ਉਹਨਾਂ ਦੀ ਵਸਤੀ ਵੱਖਰੀ ਹੈ ਜੀਮੀਦਾਰਾਂ ਦੀ ਜਿਹੜੀ ਵਸਤੀ ਹੈ ਉਹ ਵੱਖਰੀ ਹੈ ਨਾਈਆਂ ਦੀ ਜਿਹੜੀ ਵਸਤੀ ਹੈ ਉਹ ਵੱਖਰੀ ਹੈ ਜਿਹੜੇ ਕੋਈ ਭਾਈ ਛੋਟੀ ਜਾਤ ਦੇ ਆਗੇ ਦੁਨੀਆ ਮੁਤਾਬਕ ਗੁਰੂ ਗ੍ਰੰਥ ਸਾਹਿਬ ਨੇ ਕੋਈ ਛੋਟੀ ਜਾਤ ਤੇ ਵੱਡੀ ਜਾਤ ਕਰਦੇ ਜਿਵੇਂ ਕੋਈ ਐਸਸੀ ਕੈਟਾਗਰੀ ਆ ਗਈ ਉਹ ਇੱਕ ਪਾਸੇ ਰਹਿੰਦੀ ਸੀਗੀ ਉਹ ਜਿਹੜੇ ਵੈਦ ਹੁੰਦੇ ਸੀਗੇ ਜਿਨ੍ਹਾਂ ਨੇ ਡਾਕਟਰੀ ਇਲਾਜ ਕਰਨਾ ਸੀਗਾ ਉਹ ਪਿੰਡ ਤੋਂ ਬਾਹਰ ਜੰਗਲ 'ਚ ਰਹਿੰਦੇ ਹੁੰਦੇ ਸੀਗੇ ਤੇ ਜਿੱਥੇ ਜਾ ਕੇ ਉਹਨਾਂ ਨੇ ਮਲਮ ਪੱਟੀ ਕਰਨ ਵਾਸਤੇ ਜੜੀ-ਬੂਟੀਆਂ ਉਹਨੂੰ ਚਾਹੀਦੀਆਂ ਹੁੰਦੀਆਂ ਸਨ ਤੇ ਉੱਥੇ ਉਹ ਜੜੀਆਂ-ਬੂਟੀਆਂ ਤੋੜ ਕੇ ਜੰਗਲ ਦੇ ਵਿੱਚੋਂ ਤੇ ਉਹ ਦਵਾਈ ਤਿਆਰ ਕਰਦੇ ਸੀਗੇ ਤੇ ਪਿੰਡ ਨੂੰ ਆ ਕੇ ਉਹ ਸ਼ਾਮ ਨੂੰ ਘੇੜਾ ਮਾਰਦੇ ਸੀਗੇ ਕਿ ਪਿੰਡ ਦੇ ਆਲੇ-ਦੁਆਲੇ ਪਾਈ ਮੈਂ ਫਿਰਨੀ ਤੇ ਘੁੰਮ ਲਾ ਮੈਂ ਚੁਰਾਹੇ ਵਿੱਚ ਆਜਮਾ ਤੇ ਜਿੱਥੇ ਮੈਂ ਦੇਖਾਂ ਕਿ ਪਾਈ ਸਾਰੀ ਸੁਖ ਸ਼ਾਂਤੀ ਹੈ ਹੁਣ ਉਹ ਸਮੇਂ 'ਚ ਫੋਨ ਨਹੀਂ ਹੁੰਦੇ ਸੀਗੇ ਧਿਆਨ ਦਿਓ ਗੱਲ ਬੜੀ ਜ਼ਰੂਰੀ ਹੈ ਉਹ ਸਮੇਂ ਫੋਨ ਨਹੀਂ ਹੁੰਦੇ ਸੀਗੇ ਪਰ ਡਾਕਟਰ ਤੱਕ ਗੱਲ ਕਿਵੇਂ ਪਹੁੰਚਾਈ ਜਾਵੇ ਕਿ ਫਲਾਣਾ ਬੰਦਾ ਬਿਮਾਰ ਹੈ ਫਿਰ ਡਾਕਟਰ ਵਾਸਤੇ ਗੱਲ ਪਹੁੰਚਾਉਣ ਵਾਸਤੇ ਵੈਦ ਵਾਸਤੇ ਗੱਲ ਪਹੁੰਚਾਉਣ ਵਾਸਤੇ ਕੀ ਹੁੰਦਾ ਸੀਗਾ ਕਿ ਚੁਰਾਹੇ ਦੇ ਵਿੱਚ ਪਹਿਲਾਂ ਤਾਂ ਬਾਲਿਆ ਜਾਂਦਾ ਸੀ ਦੀਵਾ ਦੀਵਾ ਸੰਕੇਤ ਆ ਸਾਡੀ ਜ਼ਿੰਦਗੀ ਦਾ ਜ਼ਿੰਦਗੀ ਨਾਲ ਸੰਬੰਧਤ ਆ ਕਿ ਜੇ ਦੀਵਾ ਬੜਦਾ ਪਿਆ ਮਤਲਬ ਕਿ ਜ਼ਿੰਦਗੀ ਚੱਲਦੀ ਹੈ ਜੇ ਦੀਵਾ ਬੁੱਝ ਗਿਆ ਤਾਂ ਜ਼ਿੰਦਗੀ ਖਤਮ ਹੋ ਗਈ ਹੈ ਹੁਣ ਦੀਵਾ ਹੋ ਗਿਆ ਸੰਕੇਤ ਸਾਡੀ ਜ਼ਿੰਦਗੀ ਦਾ ਕਿ ਇਹ ਦੀਵਾ ਚੱਲ ਰਿਹਾ ਹੈ ਕਿ ਭਾਈ ਇਹ ਜੀਵਨ ਦਾ ਸੰਕੇਤ ਹੈ ਹੁਣ ਦੂਜੀ ਗੱਲ ਹੁਣ ਜੇ ਕੋਈ ਬਿਮਾਰ ਆ ਲੋਹਾਰਾ ਦੇ ਘਰ ਜੋ ਫਿਰ ਦੀਵੇ ਦੇ ਨਾਲ ਉਹਨਾਂ ਨੇ ਰੱਖ ਦੇਣਾ ਇੱਕ ਲੋਹੇ ਦਾ ਟੁਕੜਾ ਲੋਹੇ ਦੇ ਟੁਕੜੇ ਤੋਂ ਕੀ ਸੰਕੇਤ ਮਿਲ ਗਿਆ ਜੀ ਕਿ ਕਿਸੇ ਦੀ ਜ਼ਿੰਦਗੀ ਖਤਰੇ ਵਿੱਚ ਆ ਕਿਨਾਂ ਦੀ ਲੋਹੇ ਤੋਂ ਕੀ ਪਤਾ ਲੱਗਿਆ ਜੀ ਲੋਹਾਰਾ ਦੀ ਹੁਣ ਉਹ ਜਿਹੜੀ ਜ਼ਿੰਦਗੀ ਖਤਰੇ ਵਿੱਚ ਆ ਲੋਹਾਰਾ ਦੀ ਉਹ ਕਿਸੇ ਬੀਬੀ ਦੀ ਆ ਕਿਸੇ ਬੰਦੇ ਦੀ ਆ ਇਹ ਚੀਜ਼ ਹੱਲ ਕਰਨ ਵਾਸਤੇ ਜੇ ਬੀਬੀ ਦੀ ਐ ਫਿਰ ਉੱਥੇ ਜਾਤ ਉਹਨਾਂ ਨੇ ਚੂੜੀਆਂ ਖੰਡਾ ਦੇਣੀਆਂ ਹੈ ਜੀ ਤੇ ਜਾਂ ਫਿਰ ਸੰਧੂਰ ਖਿਲਾਰ ਦੇਣਾ ਉਹ ਕਿਸ ਸੰਧੂਰ ਵੀ ਬੀਬੀ ਲਾਉਂਦੀ ਹੈ ਬਿੰਦੀ ਆ ਵੀ ਬੀਬੀ ਲਾਉਂਦੀਆਂ ਆ ਤੇ ਭਾਈ ਜਿਹੜੀਆਂ ਚੂੜੀਆਂ ਉਹ ਵੀ ਬੀਬੀਆਂ ਪਾਉਨੀਆਂ ਆ ਇੱਥੋਂ ਪਤਾ ਲੱਗ ਗਿਆ ਕਿ ਕਿਸੇ ਦਾ ਜੀਵਨ ਖਤਰੇ ਵਿੱਚ ਆ ਲੋਹਾਰਾ ਦੇ ਘਰ ਵਿੱਚੋਂ ਉਹ ਕੋਈ ਔਰਤ ਹੈ ਤੇ ਜੀੜੀ ਬਿਮਾਰ ਹੈ ਭਾਈ ਫਿਰ ਵੈਦ ਨੂੰ ਲੱbnਾ ਸੁੱਖਾ ਹੋ ਜਾਂਦਾ ਸੀਗਾ ਹੁਣ ਲੋਹਾ ਚੱਕ ਦੋ ਤੇ ਕਣਕ ਤੇ ਚੋਲ ਛੁੱਟ ਦੋ ਜੀ ਤੇ ਕੀ ਬਣ ਗਿਆ ਫਿਰ ਪਤਾ ਲੱਗ ਜਾਂਦਾ ਸੀ ਕਿ ਜ਼ਿਮੀਂਦਾਰਾਂ ਘਰਾਂ ਦੇ ਵਿੱਚੋਂ ਐ ਮਾਫ ਕਰਿਓ ਜੇ ਐਵੀਂ ਚੋਕਦੋਗੇ ਤੁਸੀਂ ਕੋਈ ਝਾੜੂ ਰੱਖ ਦੋਗੇ ਤੇ ਝਾੜੂ ਤੋਂ ਪਤਾ ਲੱਗ ਜਾਂਦਾ ਸੀਗਾ ਚਮਿਆਰਾ ਦੇ ਘਰ ਤੋਂ ਕੋਈ ਬੰਦਾ ਬਿਮਾਰ ਹੈ ਇਹ ਇੱਕ ਸੰਕੇਤ ਹੁੰਦਾ ਸੀਗਾ ਕਿ ਵੈਦ ਤੱਕ ਗੱਲ ਪਹੁੰਚਾਉਣੇ ਤਾਂ ਚੁਰਾਹੇ ਵਿੱਚ ਇਹ ਚੀਜ਼ ਹੁੰਦੀ ਸੀ ਪਰ ਮਾਫ ਕਰਿਓ ਅੱਜ ਕੀ ਬਣ ਗਿਆ ਕਿ ਅੱਜ ਅਸੀਂ ਕਹਿੰਨੇ ਜੇ ਕੰਮ ਨਹੀਂ ਬਣਦਾ ਪੰਡਤ ਨੂੰ ਪੁੱਛ ਲਓ ਜੀ ਉੱਥੇ ਨਾਲੜ ਰੱਖਿਓ ਫਲਾਣਾ ਕੰਮ ਨਹੀਂ ਬਣਦਾ ਉਹ ਕਰ ਲੋ ਜੋ ਉੱਥੇ ਚੌਰਾਹੇ 'ਚ ਦੀਵਾ ਵਾਲਿਆ ਉਹ ਤੇ ਕੇਲੇ ਰੱਖਿਓ ਤੇ ਸੇਵ ਰੱਖਿਓ ਤੇ ਪਿੰਡਾਂ ਵਾਲੇ ਮੁੰਡੇ ਤਾਂ ਇਹਨੇ ਚਲਾਕ ਹੁੰਦੇ ਆ ਤੇ ਉਹ ਡਰਦੇ ਨਹੀਂ ਹੁੰਦੇ ਜੇ ਕੋਈ ਰੱਖ ਜੂਵੇ ਨਾ ਚੌਰਾਹੇ 'ਚ ਕੇਲੇ ਸੀ ਉਹ ਚਾਕੇ ਖਾ ਲੈਂਦੇ ਸੀਗੇ ਉਹ ਕਹਿੰਦੇ ਸਾਡੇ ਉੱਤੇ ਕੋਈ ਸ਼ਨੀ ਸ਼ੁਨੀ ਭਾਰੂ ਨਹੀਂ ਹੁੰਦਾ ਆ ਸੋ ਮਾਲਕ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਕੱਢਿਆ ਸਤਕੁਰ ਕਹਿੰਦੇ ਸ਼ਨੀਵਾਰ ਵਾਲੇ ਦਿਨ ਤੂੰ ਇਸ ਭਲੇਖੇ ਵਿੱਚ ਨਹੀਂ ਪੈਣਾ ਕਿ ਸ਼ਨੀਵਾਰ ਨੂੰ ਮੈਂ ਕੱਪੜੇ ਨਹੀਂ ਧੋਣੇ ਸ਼ਨੀਵਾਰ ਨੂੰ ਮੈਂ ਸਿਰ ਨਹੀਂ ਧੋਣਾ ਸ਼ਨੀਵਾਰ ਨੂੰ ਮੈਂ ਨੋ ਨਹੀਂ ਕੱਟਣੇ ਸਤਿਗੁਰ ਕਹਿੰਦੇ ਇਹ ਜਿਹੜੇ ਕਰਮ ਕਾਂਡ ਹੈ ਦੁਨੀਆ ਕਰੇ ਠੀਕ ਹੈ ਪਰ ਗੁਰੂ ਦਾ ਸਿੱਖ ਇਨ੍ਹਾਂ ਕਰਮ ਕਾਂਡਾਂ ਦੇ ਉੱਤੇ ਯਕੀਨ ਨਾ ਕਰੇ ਗੁਰੂ ਦਾ ਸਿੱਖ ਸ਼ਨੀ ਨੂੰ ਆਪਣੇ ਜੀਵਨ 'ਚ ਪ੍ਰਭਾਵ ਨਾ ਕਬੂਲੇ ਸ਼ਨੀ ਦੂਜਿਆਂ ਤੇ ਭਾਰੂ ਹੋ ਸਕਦਾ ਆ ਪਰ ਬਾਣੀ ਪੜਨ ਵਾਲਿਆਂ ਦੇ ਉੱਤੇ ਕਦੇ ਸ਼ਨੀ ਪਾਰੂ ਨਹੀਂ ਹੋ ਸਕਦਾ ਮਾਲਕ ਨੇ ਸਾਨੂੰ ਅੱਜ ਇਹ ਸਮਝਾਇਆ ਕਿ ਸ਼ਨੀਵਾਰ ਵਾਲੇ ਦਿਨ ਸਤਿਗੁਰ ਜੀ ਕਹਿੰਦੇ ਥਿਰ ਕਰ ਰਾਖੇ ਸੋਏ ਮਾਲਕ ਜੀ ਕਹਿੰਦੇ ਸ਼ਨੀਵਾਰ ਵਾਲੇ ਦਿਨ ਆਪਣੇ ਆਪ ਨੂੰ ਟਕਾ ਕੇ ਬਾਣੀ ਪੜੋ ਤੇ ਜੋਤ ਕੀ ਵੱਟੀ ਘਟ ਮੈਂ ਜੋਏ ਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਤਿਗੁਰ ਕਹਿੰਦੇ ਤੇਰੇ ਅੰਦਰ ਟਿਕੇਗੀ ਬਾਹਰ ਭੀਤਰ ਭਿਆ ਪ੍ਰਕਾਸ਼ ਹੁਣ ਜਦੋਂ ਜੁੜ ਗਏ ਬਾਣੀ ਨਾਲ ਜੀ ਫਿਰ ਅੰਦਰ ਤੇ ਬਾਹਰ ਕੀ ਹੋਏਗਾ ਜੀ ਸਾਨੂੰ ਚਾਨਣ ਮਿਲੇਗਾ ਹੁਣ ਚਾਨਣ ਨਾਲ ਕੀ ਹੋਏਗਾ ਜੀ ਅੰਧਿਆਰੇ ਦੀਪਕ ਚਹੀਗਾ ਇੱਕ ਵਸਤ ਅਗੋਚਰ ਨਹੀਂ ਹੈ ਵਸਤ ਅਗੋਚਰ ਪਾਈ ਘਟ ਦੀਪਕ ਰਹਿਿਆ ਸਮਾਈ ਮਾਲੀ ਜੀ ਕਹਿੰਦੇ ਭਾਈ ਦੀਵਾ ਜਦੋਂ ਤੇਰੇ ਅੰਦਰ ਨਾਮ ਦਾ ਵੱੜ ਗਿਆ ਸਤਕੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁਲੀ ਅਨੂਪਾ ਸਤਗੁਰ ਕਹਿੰਦੇ ਜਦੋਂ ਸ਼ਬਦ ਦਾ ਦੀਵਾ ਬਲ ਗਿਆ ਤੇ ਅੰਦਰ ਬਹੁਤ ਪਿਆਖ ਖਜਾਨਾ ਸਤਗੁਰ ਕਹਿੰਦੇ ਤੈਨੂੰ ਨਜ਼ਰ ਆਉਣਾ ਕਦੋਂ ਜਦੋਂ ਮਾਲਕ ਜੀ ਕਹਿੰਦੇ ਬਾਣੀ ਦਾ ਪ੍ਰਕਾਸ਼ ਤੇਰੇ ਅੰਦਰ ਹੋ ਗਿਆ ਜਦੋਂ ਬਾਣੀ ਦਾ ਟਕਾ ਤੇਰੇ ਅੰਦਰ ਹੋ ਗਿਆ ਤੇ ਸਤਗੁਰ ਨੇ ਆਖਿਆ ਕਿ ਬਾਹਰ ਭੀਤਰ ਪਿਆ ਪ੍ਰਕਾਸ਼ ਤਬ ਹੁਆ ਸਗਲ ਕਰਮ ਕਾ ਨਾਸ਼ ਜਦੋਂ ਮਾਲਕ ਨੇ ਕਿਰਪਾ ਕੀਤੀ ਤਰਸ ਕੀਤੀ ਅੰਦਰ ਸਾਦੇ ਜੋਤ ਬਲ ਕੇ ਜੀ ਪ੍ਰਮਾਤਮਾ ਦੇ ਨਾਮ ਦੀ ਸਾਡੇ ਸਾਰੇ ਕਰਮ ਜਿਹੜੇ ਆ ਉਹ ਕੱਟੇ ਗਏ ਉਹਨਾਂ ਦਾ ਇੱਕ ਸਾਧੂ ਤੇ ਉਹਦਾ ਚੇਲਾ ਜੰਗਲ ਦੇ ਬਾਹਰ ਬੈਠੇ ਨਾ ਇੱਕ ਝੋਪੜੀ ਦੇ ਵਿੱਚ ਆਪਣੀ ਤਪੱਸਿਆ ਕਰਦੇ ਆ ਆਪਣਾ ਜੀਵਨ ਬਤੀਤ ਕਰ ਰਹੇ ਆ ਜੀ ਸਾਧੂ ਕੋਲ ਐਸੀਆਂ ਕਲਾ ਸਨ ਐਸੀ ਸ਼ਕਤੀਆਂ ਸਨ ਕਿ ਉਹ ਬੰਦੇ ਦਾ ਜੀਵਨ ਦੇਖ ਸਕਦਾ ਸੀਗਾ ਕਿ ਇਹਨੇ ਕਿੰਨਾ ਕੁ ਟਾਈਮ ਜੀਣਾ ਜੋ ਦੋਨੇ ਆਪਣੇ ਚੇਲੇ ਦਾ ਜੀਵਨ ਦੇਖਿਆ ਉਹਨੇ ਚੇਲੇ ਦੇ ਜੀਵਨ ਦੇ ਵਿੱਚੋਂ ਉਹਨੇ ਇਹ ਤੱਤ ਕੱਢਿਆ ਕਿ ਇਹਦੇ ਕੋਲ 8 ਕੁ ਦਿਨ ਹੋਰ ਆ ਜ਼ਿੰਦਗੀ ਦੇ 8 ਕੁ ਦਿਨਾਂ ਬਾਅਦ ਇਹਨੇ ਮਰ ਜਾਣਾ ਇਹ ਕਹਾਣੀ ਹੈ ਜੀ ਕਹਾਣੀ ਸੱਚ ਨਹੀਂ ਹੁੰਦੀ ਨੋਟ ਕਰਿਓ ਗੱਲ ਕਹਾਣੀ ਕਦੇ ਸੱਚ ਨਹੀਂ ਹੁੰਦੀ ਕਹਾਣੀ ਦਾ ਅਰਥ ਉਹਦਾ ਕਹਾਣੀ ਜਿਹੜੀ ਕਹੀ ਨਹੀਂ ਗਈ ਕਹਾਣੀ ਵਿੱਚੋਂ ਸਿੱਖਿਆ ਲੈਣੀ ਹੁੰਦੀ ਹੈ ਜਿਵੇਂ ਅਸੀਂ ਛੋਟੇ ਹੁੰਦੇ ਪੜ੍ਹਦੇ ਰਿਹਾ ਕਿਤਾਬਾਂ ਦੇ ਵਿੱਚ ਪਿਆਸਾ ਕਾਂ ਹੁਣ ਤੁਸੀਂ ਕਹੋ ਜੀ ਪਿਆਸਾ ਕਾਂ ਕਿੱਥੇ ਉਹ ਕਾਂ ਦਾ ਨਾਮ ਕੀ ਸੀ ਜੰਗਲ ਕਿਹੜਾ ਸੀ ਉਹ ਸਿਰਫ ਇੱਕ ਕਹਾਣੀ ਹੈ ਕਹਾਣੀ ਤੋਂ ਸਿੱਖਿਆ ਇਹ ਸੀ ਕਿ ਜਹਾਂ ਚਾਹ ਵਹਾਂ ਰਾ ਅਸੀਂ ਪੜਦੇ ਰਿਹਾ ਕਿ ਲਾਲਚੀ ਕੁੱਤਾ ਹੁਣ ਤੁਸੀਂ ਕਹੋ ਜੀ ਕੁੱਤਾ ਕਿਹੜੀ ਨਸਲ ਦਾ ਸੀਗਾ ਉਹਨੂੰ ਕਿੱਥੋਂ ਹੱਡੀ ਮਿਲੀ ਕਿਹੜੀ ਉਹ ਨਦੀ ਜਿੱਥੇ ਉਹਨੇ ਮੂੰਹ ਦੇਖਿਆ ਨਹੀਂ ਉਸ ਕਹਾਣੀ ਵਿੱਚੋਂ ਸਿੱਖਿਆ ਕੀ ਸੀ ਕਿ ਲਾਲਚ ਬੁਰੀ ਬਲਾ ਹੈ ਸਿਰਫ ਕਹਾਣੀ ਤੋਂ ਸਿੱਖਿਆ ਲੈਣੀ ਹੁੰਦੀ ਹੈਗਾ ਕਹਾਣੀ ਕਦੇ ਸੱਚ ਨਹੀਂ ਹੁੰਦੀ ਹੁਣ ਉਹ ਦੋਨੇ ਜਿੱਤੇ ਸਾਧੂ ਤੇ ਚੇਲਾ ਰਹਿੰਦੇ ਆ ਜੀ ਉਹਨਾਂ ਨੇ ਦੇਖਿਆ ਕਿ ਭਾਈ ਚੇਲੇ ਨੇ ਜਿਹੜੀ ਉਮਰ ਆ ਉਹ ਬੜੀ ਥੋੜੀ ਗਏ 808 ਕੁ ਦਿਨ ਇਹਦੇ ਜ਼ਿੰਦਗੀ ਦੇ ਬਾਕੀ ਆ ਤੇ ਹੁਣ ਉਸਤਾਦ ਨੇ ਸੋਚਿਆ ਕਿ ਮੈਂ ਇਦਾਂ ਕਰਦਾ ਕਿ 7 ਦਿਨ ਨੂੰ ਮੈਂ ਕਹਿੰਦਾ ਆਪਣੇ ਪਰਿਵਾਰ ਨਾਲ ਬਤੀਤ ਕਰਿਆ ਆਪਣੇ ਮਾਂ ਬਾਪ ਆ ਆਪਣੇ ਭਾਈ ਭੈਣਾਂ ਮਿਲਿਆ 8ਵੇਂ ਦਿਨੇ ਮੇਰੇ ਕੋਲ ਬਤੀਤ ਕਰੇਗਾ ਮੇਰਾ ਬੜਾ ਪਿਆਰਾ ਤੇ ਮੈਂ ਚਾਹੁੰਦਾ ਕਿ ਜਦੋਂ ਇਹ ਆਪਣੇ ਆਖਰੀ ਸਾਹ ਲਵੇ ਤੇ ਮੇਰੇ ਸਾਹਮਣੇ ਲਵੇ ਇਹ ਸੋਚ-ਸੋਚ ਕੇ ਦਿਲ ਤੇ ਪੱਥਰ ਰੱਖ ਕੇ ਜਿਹੜਾ ਕਿ ਉਹ ਸਾਧੂ ਨੇ ਆਪਣੇ ਚੇਲੇ ਨੂੰ ਘਰ ਤੋਰਤਾ ਦੱਸਿਆ ਨਹੀਂ ਐ ਕਿ ਤੂੰ ਅੱਠਵੇਂ ਦਿਨ ਮਰ ਜਾਣਾ ਉਹ ਨੂੰ ਇਹ ਕਹਤਾ ਕਿ 7 ਦਿਨ ਤੂੰ ਆਪਣੇ ਘਰ ਘਟਣੇ ਤੇ 7ਵੇਂ ਦਿਨ ਦੀ ਰਾਤ ਤੂੰ ਮੇਰੇ ਆਸ਼ਰਮ 'ਚ ਪਹੁੰਚ ਜਾਣਾ ਆ ਇਹ ਕਿਸੇ ਵੀ ਕੀਮਤ ਤੇ ਪਹੁੰਚਣਾ 7ਵੇਂ ਦਿਨ ਦੀ ਰਾਤ ਨੂੰ ਤੂੰ ਕਿਤੇ ਉਹ ਕੰਮ ਨਾ ਕਰੀ ਕਿਤੇ ਲੇਟ ਨਾ ਹੋ ਜੀ ਉਹ ਕਹਿੰਦਾ ਠੀਕ ਆ ਉਸਤਾਦ ਜੀ ਮੈਂ ਚੱਲਦਾ ਉਹ ਆਪਣੇ ਤੁਰਿਆ ਜੀ ਆਸ਼ਰਮ ਤੋਂ ਰਾਬ ਜਦੋਂ ਉਹ ਆਪਣੇ ਘਰ ਪਹੁੰਚਣਾ ਸੀ ਨਾ ਇੱਕ ਨਦੀ ਪੈਂਦੀ ਸੀ ਉਹਦੇ ਰਾਹ ਦੇ ਵਿੱਚ ਨਦੀ ਦੇ ਕੋਲ ਉਹਨੇ ਕੀ ਦੇਖਿਆ ਕਿ ਇੱਕ ਛੋਟੀਆਂ ਛੋਟੀਆਂ ਕੀੜੀਆਂ ਦਾ ਬਹੁਤ ਵੱਡਾ ਝੁੰਡਿਆ ਜੀ ਜਦੋਂ ਦੇਖਿਆ ਕਿ ਕੀੜੀਆਂ ਦਾਣਾ ਚੁੱਕ ਰੀਆਂ ਆ ਤੇ ਦਾਣਾ ਚੁੱਕ ਕੇ ਉਹ ਆਪਣਾ ਇੱਧਰ ਜਾਂਦੀਆਂ ਕੋਈ ਉੱਧਰ ਜਾਂਦੀਆਂ ਕੋਈ ਇੱਕ ਦੂਜੇ ਦੇ ਵਿੱਚ ਵੱਜਦੀ ਹੈ ਉਹ ਇਹ ਕੀੜੀਆਂ ਨੂੰ ਦੇਖ ਕੇ ਬੜਾ ਖੁਸ਼ ਹੋਇਆ ਤੇ ਥੋੜੇ ਕੋ ਸਮੇਂ ਬਾਦੋਂ ਕੀ ਦੇਖਦਾ ਕਿ ਪਾਣੀ ਜਿਹੜਾ ਨਦੀ ਦੇ ਵਿੱਚੋਂ ਉਹ ਵੱਧਦਾ ਜਾ ਰਿਹਾ ਤੇ ਥੋੜਾ ਥੋੜਾ ਉਹ ਜਿੱਥੇ ਕੀੜੀਆਂ ਨੇ ਉਧਰੋਂ ਪਾਣੀ ਆਉਂਦਾ ਜਾਂਦਾ ਆ ਉਹਦੇ ਮਾਨੇ ਵਿੱਚ ਆਇਆ ਕਿ ਜੇ ਥੋੜਾ ਜਿਹਾ ਕਿਤੇ ਮੀਂਹ ਪੈ ਗਿਆ ਪਾਣੀ ਨਦੀ ਵਿੱਚ ਵਧ ਗਿਆ ਤੇ ਨਦੀ ਦੇ ਪਾਣੀ ਨੇ ਇਹਨਾਂ ਸਾਰੀਆਂ ਕੀੜੀਆਂ ਨੂੰ ਰੋੜ ਕੇ ਲੈ ਜਾਣਾ ਆ ਇਹਨਾਂ ਸਾਰੀਆਂ ਕੀੜੀਆਂ ਨੇ ਮਰ ਜਾਣਾ ਆ ਉਹਨੇ ਕੀ ਕੀਤਾ ਜੀ ਕਿ ਜਿੱਥੇ ਨਦੀ ਸੀਗਾ ਉਹਨੇ ਥੋੜਾ ਜਿਹਾ ਇੱਕ ਨਾਲਾ ਬਣਾਤਾ ਜਿੱਥੇ ਕੀੜੀਆਂ ਸਨ ਉਸ ਨਾਲੇ ਦੇ ਕੋਲੋਂ ਉਹਨੇ ਪਾਣੀ ਦੂਜੇ ਪਾਸੇ ਕੜਤਾ ਕਹਿੰਦਾ ਭਾਵ ਇਹਨਾਂ ਕੀੜੀਆਂ ਨੂੰ ਕੋਈ ਨੁਕਸਾਨ ਨਾ ਹੋਵੇ ਜੇ ਕੱਲ ਪਾਣੀ ਵੀ ਆਏਗਾ ਚੜ੍ਹੇਗਾ ਉਹ ਕੀੜੀਆਂ ਤੱਕ ਨਹੀਂ ਪਹੁੰਚੇਗਾ ਉਹ ਇਸ ਨਾਲੇ ਦੇ ਰਾਹੀਂ ਦੂਜੇ ਰਸਤੇ ਨੂੰ ਹੋ ਜਾਏਗਾ ਕੀੜੀਆਂ ਦਾ ਜੀਵਨ ਬਚ ਜਾਏਗਾ ਇਹ ਉਹਨੇ ਖੇਡ ਖੇਡੀ ਜੀ ਤੇ ਉਹ ਆਪਣੇ ਘਰ ਚਲਾ ਗਿਆ ਇੱਕ ਦਿਨ ਰਿਹਾ ਦੋ ਦਿਨ ਰਿਹਾ 7 ਦਿਨ ਰਿਹਾ 7 ਦਿਨਾਂ ਤੋਂ ਬਾਅਦ ਉਹ ਉਹਨੂੰ ਚੇਤੇ ਆਇਆ ਕਿ ਅੱਜ ਰਾਤ ਤਾਂ ਮੈਂ ਪਹੁੰਚਣਾ ਸੀਗਾ ਉਸਤਾਦ ਜੀ ਕੋਲ 7ਵੇਂ ਦਿਨ ਦੀ ਰਾਤ ਪਰਉ ਭੁੱਲ ਗਿਆ ਉਹ ਕਹਿੰਦਾ ਚਲ ਹੁਣ ਕੋਈ ਨਹੀਂ ਮੈਂ ਸਵੇਰੇ ਚਲਾਂਗਾ ਉਧਰ ਬੈਠਾ ਉਸਤਾਦ ਇਹ ਸੋਚਦਾ ਕਿ ਮੇਰੀ ਜਿਹੜੀ ਸਿੱਖਿਆ ਉਹਦੇ ਮੁਤਾਬਿਕ ਕਿ ਅੱਜ ਮੇਰਾ ਚੇਲੇ ਨੇ ਇੱਥੇ ਪਹੁੰਚਣਾ ਸੀ ਜੇ ਉਹ ਨਹੀਂ ਪਹੁੰਚਿਆ ਇਹਦਾ ਮਤਲਬ ਹੈ ਉਹ ਮਰ ਗਿਆ ਆ ਕਿਉਂਕਿ ਉਹਨੇ 8ਵੇਂ ਦਿਨ ਸਵੇਰ ਮਰ ਜਾਣਾ ਸੀਗਾ 7 ਦਿਨ ਦਾ ਉਹਦਾ ਜੀਵਨ ਬਾਕੀ ਸੀਗਾ ਇਹ ਸੋਚ ਕੇ ਉਸਤਾਦ ਜੀ ਬੜੇ ਰੋ ਰਹੇ ਆ ਜੀ ਅੱਖਾਂ ਚ ਅਥਰੂ ਹੈ ਸਿਰ ੁੱਟੇ ਬੈਠਾ ਸਵੇਰ ਹੋਈ ਜੀ ਸਵੇਰ ਜਦੋਂ ਹੋਈ ਇਹ ਉਹ ਆਪਣਾ ਚੱਕਿਆ ਉਹਨੇ ਬੋਰੀ ਵਿੱਚ ਤਰ੍ਹਾਂ ਚੇਲੇ ਨੇ ਜਾ ਕੇ ਆ ਪੜੇ ਜਿੱਥੇ ਉਸਤਾਦ ਬੈਠਾ ਉਹ ਤੇ ਆਸ਼ਰਮ ਵਿੱਚ ਪਹੁੰਚ ਗਿਆ ਉਸਤਾਦ ਉਹਦਾ ਬੜਾ ਹੈਰਾਨ ਹੈ ਕਿ ਮੇਰੀ ਵਿਦਿਆ ਦੇ ਮੁਤਾਬਿਕ ਇਹਨੇ ਅੱਜ ਮਰ ਜਾਣਾ ਸੀਗਾ ਪਰ ਇਹ ਜਿਉਂਦਾ ਕਿਵੇਂ ਹੋ ਗਿਆ ਮੈਂ ਤਾਂ ਸੋਚਿਆ ਸੀ ਮਰ ਗਿਆ ਹੋਣਾ ਮੈਂ ਇਸ ਗੱਲ ਦੇ ਵਿੱਚ ਆਪਣਾ ਸਿਰ ਝੁੱਟੀ ਬੈਠਾ ਰਾਤ ਦਾ ਰੋ ਰਿਹਾ ਮੈਨੂੰ ਦੁੱਖ ਲੱਗਿਆ ਪਰ ਇਹ ਮਰਿਆ ਨਹੀਂਗਾ ਜਿਉਂਦਾ ਕਿੱਦਾਂ ਆ ਕੀ ਕਾਰਨ ਐ ਐਸਾ ਬਣਿਆ ਉਸਤਾਦ ਆਪਣੇ ਚੇਲੇ ਨੂੰ ਪੁੱਛਦਾ ਕਹਿੰਦਾ ਜਦੋਂ ਤੂੰ ਇੱਥੋਂ ਘਰ ਗਿਆ ਨਾ ਤੇ ਮੈਨੂੰ ਇਹ ਦੱਸ ਤੂੰ ਘਰ ਜਾਂਦੇ ਜਾਂਦੇ ਕੀ ਕੀਤਾ ਆ ਉਹਨੇ ਸਾਰਾ ਕੁਝ ਦੱਸਤਾ ਜੀ ਉਹਨੇ ਉਹ ਘਟਨਾ ਵੀ ਦੱਸੀ ਕਿ ਪਾਣੀ ਭਰਦਾ ਸੀ ਨਦੀ ਵਿੱਚ ਕੀੜੀਆਂ ਮੇਰੇ ਮਨ ਵਿੱਚ ਆਇਆ ਕਿ ਰੁੜ ਜਾਣਗੀਆਂ ਮੈਂ ਕੀੜੀਆਂ ਨੂੰ ਬਚਾਉਣ ਵਾਸਤੇ ਇੱਕ ਨਾਲਾ ਬਣਾ ਕੇ ਆਗਾ ਕਿ ਪਾਣੀ ਸਾਰਾ ਉਧਰੋਂ ਨਿਕਲ ਜਵੇ ਇਹ ਕੀੜੀਆਂ ਦਾ ਜੀਵਨ ਬਚ ਜਵੇ ਮਜੂ ਤੂੰ ਇਹ ਗੱਲ ਸੁਣੀ ਜੇ ਉਸਤਾਦ ਨੇ ਉਹਨੂੰ ਆਪਣੇ ਸੀਨੇ ਨਾਲ ਲਾ ਲਿਆ ਸਿਨਿਨਾ ਲਾ ਕੇ ਆਪਣੇ ਮਨੋਮਨ ਇਹ ਸੋਚਿਆ ਕਿ ਇਸ ਬੱਚੇ ਨੇ ਲੱਖਾਂ ਕੀੜੀਆਂ ਦੀ ਜਾਨ ਬਚਾਲੀ ਤੇ ਲੱਖਾਂ ਕੀੜੀਆਂ ਦੀ ਜਾਨ ਬਚਾਉਣ ਦੇ ਬਦਲੇ ਰੱਬ ਨੇ ਇਹਨੂੰ ਇਹਦੀ ਜ਼ਿੰਦਗੀ ਬਖਸ਼ ਦਿੱਤੀ ਹੈ। ਇਹ ਛੋਟੀ ਜੀ ਕਹਾਣੀ ਮੈਂ ਤਾਂ ਤੁਹਾਨੂੰ ਸੁਣਾਈਆਂ ਤੇ ਸਤਗੁਰ ਨੇ ਇੱਥੇ ਆਖਿਆ ਤਬ ਹੁਆ ਉਦੋਂ ਹੋ ਗਿਆ ਜੇ ਸਗਲ ਕਰਮ ਦਾ ਨਾਸ਼ ਤੁਹਾਡੇ ਕਰਮ ਮਿਟ ਜਾਣਗੇ ਖਤਮ ਹੋ ਜਾਣਗੇ ਕਦੋਂ ਜਦੋਂ ਤੁਸੀਂ ਆਪਣੇ ਜੀਵਨ 'ਚ ਚੰਗਾ ਕੰਮ ਕਰ ਲੋਗੇ ਜੇ ਮੈਂ ਕਿਸੇ ਨੂੰ ਜ਼ਿੰਦਗੀ ਦੇ ਰਿਹਾ ਮੈਨੂੰ ਜ਼ਿੰਦਗੀ ਮਿਲ ਰਹੀ ਹੈ ਜੇ ਮੈਂ ਕਿਸੇ ਨੂੰ ਖੁਸ਼ੀ ਦੇ ਰਿਹਾ ਮੈਨੂੰ ਖੁਸ਼ੀ ਮਿਲਦੀ ਹੈ ਯਾਦ ਰੱਖੋ ਜੇ ਮੈਂ ਕਿਸੇ ਨੂੰ ਦੁੱਖ ਦੇ ਰਿਹਾ ਤੇ ਮੈਨੂੰ ਵੀ ਦੁੱਖ ਮਿਲੇਗਾ ਜੇ ਮੈਂ ਕਿਸੇ ਦਾ ਨੁਕਸਾਨ ਕਰ ਰਿਹਾ ਤੇ ਮੇਰਾ ਨੁਕਸਾਨ ਵੀ ਹੋਏਗਾ ਜਿੱਦਾਂ ਦੇ ਅਸੀਂ ਕਰਮ ਕਰਾਂਗੇ ਉਦਾਂ ਦਾ ਸਾਨੂੰ ਕਰਮ ਦਾ ਫਲ ਮਿਲਣਾ ਆ ਚੰਗਾ ਕਰੋਗੇ ਤੇ ਚੰਗਾ ਮਿਲੇਗਾ ਤੇ ਮਾੜਾ ਕਰੋਗੇ ਤੇ ਮੜਾ ਮਿਲੇਗਾ ਜੈਸੀ ਕਰਨੀ ਵੈਸੀ ਭਰਨੀ ਕੁਦਰਤ ਜੇ ਸਕਲਾਏ ਕਾਂਟੇ ਬੋਨੇ ਵਾਲਾ ਫੁੱਲ ਕਹਾਂ ਸੇ ਪਾਏ ਬਾਲਗ ਜੀ ਕਹਿੰਦੇ ਜਿੱਦਾ ਦਾ ਕੋਈ ਕਰਮ ਕਰੇਗਾ ਉਦਾਂ ਦੇ ਕਰਮ ਦੇ ਅਨੁਸਾਰ ਉਹਨੂੰ ਫਲ ਮਿਲਣਾ ਜ਼ਰੂਰ ਹੈ ਤੇ ਤਾਂ ਹੀ ਸਤਗੁਰ ਨੇ ਆਖਿਆ ਸਿਗਾ ਚੰਗਿਆ ਆਇਗਾ ਬੁਰਿਆ ਆਇਗਾ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਿਗੁਰ ਕਹਿੰਦੇ ਆਪਣੇ ਜੀਵਨ ਚ ਚੰਗੇ ਕਰਮ ਕਰੋ ਜਦੋਂ ਚੰਗੇ ਕਰਮ ਕਰੋਗੇ ਤੇ ਮੇਰੇ ਮਾਲਕ ਜੀ ਕਹਿੰਦੇ ਫਿਰ ਤੁਹਾਡੇ ਸਾਹਮਣੇ ਮਾਲਕ ਜੀ ਕਹਿੰਦੇ ਚੰਗਾ ਹੀ ਫਲ ਆਏਗਾ ਜੇ ਮਾੜੇ ਕਰਮ ਕਰੋਗੇ ਤੇ ਸਾਡੇ ਸਾਹਮਣੇ ਫਿਰ ਮਾੜਾ ਹੀ ਸਤਿਗੁਰ ਜੀ ਕਹਿੰਦੇ ਫਲ ਪੈਦਾ ਹੋਏਗਾ ਮਾਲਕ ਨੇ ਕਿਰਪਾ ਕੀਤੀ ਜੀ ਇੱਥੇ ਸ਼ਨੀਵਾਰ ਦੀ ਵੀ ਜਿਹੜੀ ਸਮਾਪਤੀ ਹੋ ਗਈ ਹੈ ਇੱਕ ਲਾਟ ਛੋਟਾ ਜਿਹਾ ਸ਼ਬਦ ਜਿਹਦੇ ਵਿੱਚ ਗੁਰੂ ਮਾਲਕ ਨੇ ਸਾਰਾ ਸਾਰ ਅੰਸ ਦੱਸਦਾ ਹੋਇਆ ਸਤਿਗੁਰ ਕਹਿੰਦੇ ਜਬ ਲਗ ਘਟ ਮੈਂ ਦੂਜੀ ਆਨ ਜਦੋਂ ਸਾਡੇ ਹਿਰਦੇ ਦੇ ਵਿੱਚ ਦੂਜੇ ਤੇ ਭਰੋਸਾ ਰੱਬ ਨੂੰ ਛੱਡ ਕੇ ਦੂਜੇ ਤੇ ਆਸ ਲਾਏ ਬੈਠੇ ਆ ਗੁਰੂ ਨੂੰ ਛੱਡ ਕੇ ਮਾਲਕ ਜੀ ਕਹਿੰਦੇ ਯਾਦ ਰੱਖਿਓ ਤੋ ਲੋ ਮਹਿਲ ਨਾ ਲਾਭੇ ਆਰ ਕਹਿੰਦੇ ਫਿਰ ਇਹਨੂੰ ਪ੍ਰਮਾਤਮਾ ਦਾ ਘਰ ਨਹੀਂ ਮਿਲਣਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਦੇ ਆ ਗੁਰੂ ਗ੍ਰੰਥ ਸਾਹਿਬਾਲੂ ਕੋ ਨੂੰ ਗੁਰੂ ਮੰਨਦੇ ਆ ਪਰ ਜੇ ਭਰੋਸਾ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਹੈ ਭਰੋਸਾ ਸਾਡਾ ਕਿਤੇ ਹੋਰ ਤੇ ਆ ਤੇ ਮੇਰੇ ਮਾਲਕ ਜੀ ਕਹਿੰਦੇ ਫਿਰ ਜੀਵਨ ਚ ਕਦੇ ਵੀ ਸੁੱਖ ਨਹੀਂ ਮਿਲੇਗਾ ਫਿਰ ਕਦੇ ਸ਼ਾਂਤੀ ਨਹੀਂ ਮਿਲਣੀ ਕਦੇ ਆਨੰਦ ਨਹੀਂ ਮਿਲਣਾ ਕਦੇ ਖੁਸ਼ੀਆਂ ਨਹੀਂ ਮਿਲਣੀਆਂ ਖੁਸ਼ੀਆਂ ਖੇੜੇ ਆਨੰਦ ਉਦੋਂ ਮਿਲਣਗੇ ਜਿਹਨੂੰ ਮੈਂ ਮੱਥਾ ਟੇਕ ਰਿਹਾ ਤੇ ਉਹਦੇ ਉੱਤੇ ਮੇਰਾ ਅਟੁੱਟ ਭਰੋਸਾ ਹੋਵੇ ਉਹਦੇ ਉੱਤੇ ਮੇਰਾ ਵਿਸ਼ਵਾਸ ਹੋਵੇ ਜਦੋਂ ਅਟੁੱਟ ਭਰੋਸਾ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਤੇ ਹੋਏਗਾ ਤੇ ਦੁਨੀਆ ਦੀ ਹਰ ਖੁਸ਼ੀ ਦੁਨੀਆ ਦਾ ਹਰ ਖੇੜਾ ਦੁਨੀਆ ਦਾ ਹਰ ਆਨੰਦ ਮੇਰੀ ਝੋਲੀ 'ਚ ਸਤਗੁਰ ਨੇ ਪਾ ਦੇਣਾ ਹੈ ਗੱਲ ਭਰੋਸੇ ਦੀ ਦੇਖੋ ਨਾ ਬਾਬੇ ਲਾਣੇ ਨੂੰ ਭਰੋਸਾ ਬਾਬੇ ਨਾਨਕ ਤੇ ਕਿੰਨਾ ਹੁਣ ਸਾਰਿਆਂ ਨੂੰ ਪਤਾ ਆ ਕਿ ਬਾਬੇ ਨਾਨਕ ਨੇ ਕਿਹਾ ਕਿ ਜਾ ਲੈਣੇ ਆ ਚਿੱਕੜ ਵਿੱਚੋਂ ਲੋਟਾ ਕੱਢ ਕੇ ਲੈ ਕੇ ਆ ਸਤਿਵਚਨ ਬਾਬਾ ਜੀ ਬਾਬੇ ਨਾਨਕ ਨੇ ਕਿਹਾ ਮਰੀ ਹੋਈ ਤੂੰ ਹੀ ਬਾਹਰ ਕੱਢਣੀ ਐ ਸਤਿਬਚਨ ਬਾਬਾ ਜੀ ਬਾਬੇ ਨਾਨਕ ਨੇ ਕਿਹਾ ਚੜਦਾ ਦਰਖਤ ਉੱਤੇ ਇਥੋਂ ਮਠਾਈਆਂ ਡਿੱਗਣਗੀਆਂ ਹਲਾਦ ਰਖਤਨੋਂ ਹੁਣ ਕਿਨੂੰ ਨਹੀਂ ਪਤਾ ਜੀ ਕਿ ਦਰਖਤਾਂ ਦੇ ਉੱਤੇ ਮਠਾਈਆਂ ਖੋੜੀ ਲੱਗਦੀਆਂ ਦਰਖਤ ਉੱਤੇ ਦਾ ਫਲ ਲੱਗਦੇ ਆ ਇਸ ਗੱਲ ਦਾ ਪਤਾ ਬਾਬੇ ਲੈਣੇ ਨੂੰ ਵੀ ਐ ਕਿ ਦਰਖਤ ਦੇ ਉੱਤੇ ਫਲ ਲੱਗਦੇ ਆ ਮਠਾਈਆਂ ਨਹੀਂ ਲੱਗਦੀਆਂ ਪਰ ਆਪਣੇ ਬਾਬੇ ਨਾਨਕ ਤੇ ਇਡਾ ਭਰੋਸਾ ਹੈ ਕਿ ਜੇ ਮੇਰਾ ਬਾਬਾ ਨਾਨਕ ਚਾਵੇ ਤੇ ਦਰਖਤਾ ਨੂੰ ਵੀ ਮਿਠਾਈਆਂ ਲਗਾ ਸਕਦਾ ਆ ਬਾਬਾ ਨਾਨਕ ਚਾਵੇ ਤੇ ਦਰਖਤਾ ਤੋਂ ਵੀ ਮਿਠਾਈਆਂ ਸੁਟਾ ਸਕਦਾ ਆ ਤੋਂ ਬਾਬੇ ਨਾਨਕ ਤੇ ਭਰੋਸਾ ਜਿੰਨਾ ਗੁਰੂ ਬਾਬੇ ਲੈਣੇ ਨੂੰ ਸੀਗਾ ਇੰਨਾ ਭਰੋਸਾ ਸਾਡਾ ਬਣ ਦੇਵੇ ਜਿੱਡਾ ਭਰੋਸਾ ਬੇਬੇ ਨਾਨਕੀ ਨੂੰ ਸੀਗਾ ਜਿੰਨਾ ਭਰੋਸਾ ਭਾਈ ਮਰਦਾਨੇ ਨੂੰ ਸੀਗਾ ਮੈਂ ਉਦਣ ਵੀ ਗੱਲ ਕੀਤੀ ਬਈ ਨਦੀ ਦੇ ਕੰਢੇ ਬਾਬਾ ਮਰਦਾਨਾ ਬੈਠਾ ਕੱਪੜੇ ਲੈ ਕੇ ਬਾਬੇ ਨਾਨਕ ਨੇ ਆਖਿਆ ਸੀ ਉਹਨਾਂ ਟਾਈਮ ਜਾਣਾ ਨਹੀਂ ਜਿੰਨਾ ਟਾਈਮ ਆਉਂਦਾ ਨਹੀਂ ਇੱਕ ਦਿਨ ਗਿਆ ਦੋ ਦਿਨ ਗਏ ਤੀਸਰਾ ਦਿਨ ਆਇਆ ਦੁਨੀਆ ਕੇ ਨਹੀਂ ਚਲੇ ਜਾ ਬਾਬਾ ਨਾਨਕ ਡੁੱਬ ਗਿਆ ਮਰਦਾਨਿਆ ਆਪਣੇ ਘਰ ਚਲੇ ਜਾ ਹੁਣ ਨਹੀਂ ਬਾਬਾ ਆਉਂਦਾ ਤੇ ਬਾਬੇ ਮਰਦਾਨੇ ਨੇ ਬੜੇ ਪਿਆਰੇ ਸ਼ਬਦ ਕਹੇ ਸੀ ਕਿ ਦੁਨੀਆ ਦੇ ਲੋਕੋ ਜਿਹੜਾ ਦੁਨੀਆ ਨੂੰ ਤਾਰਨ ਵਾਸਤੇ ਆਇਆ ਆ ਉਹ ਬਾਬਾ ਨਾਨਕ ਆਪ ਕਦੇ ਡੁੱਬ ਨਹੀਂ ਸਕਦਾ ਇਹ ਭਾਈ ਮਰਦਾਨੇ ਦਾ ਭਰੋਸਾ ਹੈ ਬਾਬੇ ਨਾਨਕ ਤੇ ਵਿਸ਼ਵਾਸ ਬਾਬੇ ਨਾਨਕ ਦੇ ਜਿਹੜਾ ਦੁਨੀਆ ਨੂੰ ਤਾਰਨ ਆਇਆ ਉਹ ਆਪ ਕਿਵੇਂ ਡੁੱਬੇਗਾ ਜਦੋਂ ਸਾਡਾ ਇੰਨਾ ਵਿਸ਼ਵਾਸ ਗੁਰੂ ਤੇ ਬਣ ਗਿਆ ਜੀ ਗੁਰੂ ਤੇ ਡਾ ਭਰੋਸਾ ਹੋ ਗਿਆ ਜੇ ਸਾਡਾ ਜੀਵਨ ਆਪੇ ਬਦਲਣਾ ਹੈ ਮਾਲਕ ਜੀ ਕਹਿੰਦੇ ਜਬ ਲਗ ਘਟ ਮੈਂ ਦੂਜੀ ਜਾਣ ਜਦੋਂ ਅਸੀਂ ਦੂਜੇ ਤੇ ਆਸ ਰੱਖਦੇ ਆ ਗੁਰੂ ਨੂੰ ਛੱਡ ਕੇ ਦੂਜੇ ਤੇ ਭਰੋਸਾ ਰੱਖਦੇ ਆ ਤੌ ਲੋ ਮਹਿਲ ਨਾ ਲਾਭੇ ਆਨ ਕਹਿੰਦੇ ਯਾਦ ਰੱਖਿਓ ਕਦੇ ਵੀ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦਾ ਮਹਿਲ ਉਦਾ ਘਰ ਸਾਨੂੰ ਪ੍ਰਾਪਤ ਨਹੀਂ ਹੋਣਾ ਰਮਤ RAM ਸਿਓ ਲਾਗੋ ਰੰਗ ਕਹਿੰਦੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਪ੍ਰਮਾਤਮਾ ਦੇ ਨਾਮ ਦਾ ਰੰਗ ਮੈਨੂੰ ਚੜਿਆ ਕਹ ਕਬੀਰ ਤਬ ਨਿਰਮਲ ਅੰਗ ਜਦੋਂ ਪ੍ਰਮਾਤਮਾ ਦੇ ਨਾਲ ਜੁੜ ਕੇ ਪ੍ਰਮਾਤਮਾ ਦੇ ਨਾਮ ਦਾ ਰੰਗ ਮੈਨੂੰ ਚੜਿਆ ਹੁਣ ਹਰ ਇੱਕ ਮੇਰਾ ਅੰਗ ਨਿਰਮਲ ਹੋ ਗਿਆ ਹੁਣ ਅੱਖਾਂ ਨਾਲ ਮੈਂ ਗਲਤ ਨਹੀਂ ਦੇਖਦਾ ਕੰਨਾਂ ਨਾਲ ਗਲਤ ਨਹੀਂ ਸੁਣਦਾ ਜੀਭ ਨਾਲ ਗਲਤ ਨਹੀਂ ਬੋਲਦਾ ਹੱਥਾ ਪੈਰਾ ਦੇ ਨਾਲ ਮੇਰੇ ਹੁਣ ਕੰਮ ਸਤਿਗੁਰ ਜੀ ਕਹਿੰਦੇ ਉਹ ਹੋ ਗਿਆ ਜਿਹੜੇ ਮੇਰੇ ਦਾਤੇ ਨੂੰ ਚੰਗੇ ਲੱਗਦੇ ਆ ਸੋ ਸਤਿਗੁਰ ਨੇ ਕਿਰਪਾ ਕੀਤੀ ਕਿ ਰਮਤ ਰਾਮ ਸਿਓ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਆਂਗਾ ਹੁਣ ਮੇਰੇ ਅੰਗ ਸਤਿਗੁਰ ਦੀ ਆਪ ਜੀ ਦੀ ਕਿਰਪਾ ਦੇ ਨਾਲ ਨਿਰਮਲ ਹੋ ਗਿਆ ਹੁਣ ਅੱਖਾਂ ਦੇ ਨਾਲ ਸਤਿਗੁਰ ਜੀ ਪ੍ਰਮਾਤਮਾ ਦੀ ਬਾਣੀ ਪੜੀ ਦੀ ਕੰਨਾਂ ਨਾਲ ਸਤਿਗੁਰ ਨੇਂ ਦਿਆ ਚੁਗਲੀ ਛੱਡ ਕੇ ਗੁਰੂ ਦਾ ਸ਼ਬਦ ਸੁਣੀਦਾ ਆ ਜੀਬ ਨਾਲ ਚੁਗਲੀ ਕਰਨ ਦੀ ਥਾਂ ਤੇ ਹੁਣ ਜੀਬ ਨਾਲ ਪ੍ਰਮਾਤਮਾ ਦੀ ਬਾਣੀ ਪੜੇਦੀ ਹੈ ਮੇਰੇ ਅੰਗ ਨਿਰਮਲ ਹੋ ਗਏ ਸਤਗੁਰ ਤੁਹਾਡੀ ਕਿਰਪਾ ਦੇ ਨਾਲ ਮਾਲਕ ਨੇ ਕਿਰਪਾ ਕੀਤੀ ਜੀ ਇੱਥੇ ਇਹ ਵਾਰ 7 ਦਾ ਜਿਹੜਾ ਆ ਆ ਲਾਸਟ ਸ਼ਬਦ ਸੀਗਾ ਇੱਥੇ ਇਸ ਸਮਾਪਤੀ ਦੇ